ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖਦੇ ਸਾਰੇ ਦਰਸ਼ਕਾਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਅਸੀਂ ਆਪਣਾ ਹਫ਼ਤਾਵਾਰੀ ਪ੍ਰੋਗਰਾਮ ਪ੍ਰਾਈਮ ਚਰਚਾ ਲੈ ਕੇ ਇੱਕ ਵਾਰੀ ਫਿਰ ਆਪ ਜੀ ਨਾਲ ਹਾਜ਼ਰ ਹਾਂ। ਸਾਡੇ ਵੱਡੇ ਭਾਗ ਨੇ ਅੱਜ ਸਾਡੇ ਸਟੂਡੀਓ ਦੇ ਵਿੱਚ ਪੰਥ ਦੀ ਜਾਣੀ ਮਾਣੀ ਸ਼ਖਸੀਅਤ ਮਹਾਨ ਕਥਾਵਾਚਕ ਭਾਈ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ, ਜਿਨ੍ਹਾਂ ਨੂੰ ਅਕਸਰ ਤੁਸੀਂ ਪ੍ਰਾਈਮ ਏਸ਼ੀਆ ਟੀ ਵੀ 'ਤੇ ਵੀ ਉਹਨਾਂ ਦੀ ਕਥਾ ਸੁਣਦੇ ਰਹਿੰਦੇ ਹੋ। ਸੋ ਅੱਜ ਸਾਡੇ ਸਟੂਡੀਓ 'ਚ ਆਏ ਨੇ ਸਾਡੇ ਵੱਡੇ ਭਾਗ ਨੇ। ਜਿਵੇਂ ਕਿ ਮੈਂ ਅਕਸਰ ਕਹਿੰਦਾ ਹੁੰਦਾ, ਸੱਤੀ ਪਹਿਰੀ ਸੱਤ ਭਲਾ ਬਈਏ ਪੜ੍ਹਿਆ ਪਾਸ। ਮਹਾਰਾਜ ਨੇ ਬਾਣੀ ਦੇ ਵਿੱਚ ਸਾਨੂੰ ਫੁਰਮਾਨ ਕੀਤਾ ਕਿ ਸਿਆਣਿਆਂ ਤੋਂ ਵਿਦਵਾਨਾਂ ਤੋਂ ਸਿੱਖੀਏ ਅਤੇ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਕੇ ਵੇਖੀਏ। ਸੋ ਅੱਜ ਸਾਡੇ ਨਾਲ ਸਾਡੇ ਸਟੂਡੀਓ 'ਚ ਆਏ ਨੇ, ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਭਾਈ ਸਾਹਿਬ ਜੀ ਦਾ। ਸਵਾਗਤ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਮੈਂ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਇੱਥੋਂ ਕਰਨੀ ਚਾਹੁੰਦਾ ਕਿ ਤੁਸੀਂ ਜਦੋਂ ਗੁਰਦੁਆਰਾ ਸਾਹਿਬ 'ਚ ਕਥਾ ਕਰਦੇ ਹੋ ਆਲਵੇਜ਼, ਹਾਂਜੀ, ਉੱਥੇ ਤੁਸੀਂ ਆਪਦੇ ਬਾਰੇ ਕੁਛ ਨਹੀਂ ਦੱਸਦੇ ਹੁੰਦੇ, ਕਿਉਂਕਿ ਦੱਸ ਵੀ ਨਹੀਂ ਸਕਦੇ। ਹਾਂ ਬਿਲਕੁਲ, ਉੱਥੇ ਉਹ ਔਡ ਲੱਗਦੀ ਗੱਲ। ਹਾਂਜੀ ਹਾਂਜੀ, ਤਾਂ ਸਾਡੇ ਸਾਰੇ ਦੇਖਣ ਵਾਲਿਆਂ ਦੇ ਮਨ 'ਚ ਵੀ, ਮੇਰੇ ਆਪਦੇ ਵੀ ਉਤਸੁਕਤਾ ਹੁੰਦੀ ਆ, ਠੀਕ ਹੈ, ਕਿ ਭਾਈ ਸਾਹਿਬ ਕਿੱਥੋਂ ਨੇ, ਕਦੋਂ ਸ਼ੁਰੂ ਕੀਤਾ, ਕਿੰਨਾ ਚਿਰ ਹੋ ਗਿਆ, ਪਹਿਲਾਂ ਕੀ ਕਰਦੇ ਸੀ, ਠੀਕ, ਕਿੰਨੇ ਚਿਰ ਤੋਂ ਹੁਣ ਤੁਸੀਂ ਪੱਕੇ ਤੌਰ 'ਤੇ ਜੀ ਪ੍ਰਚਾਰ ਦੇ ਵਿੱਚ? ਮੈਂ ਤਕਰੀਬਨ, ਇਹ ਮੇਰਾ ਪ੍ਰੋਫੈਸ਼ਨਲ ਨਹੀਂ ਸੀ, ਮੈਂ ਕੋਈ ਸ਼ੁਰੂ ਨਹੀਂ ਸੀ ਕੀਤਾ ਵੀ ਮੈਂ ਕਥਾਵਾਚਕ ਬਣਾ। ਅੱਛਾ ਜੀ। ਮੈਂ ਇੱਕ ਸਧਾਰਨ ਪੇਂਡੂ ਕਿਸਾਨ ਪਰਿਵਾਰ ਵਿੱਚ ਵਾਈ ਖੇਤੀ ਦਾ ਕੰਮ ਕਰਦਾ ਸੀ। ਅੱਛਾ ਜੀ। ਪਰ ਘਰ ਦਾ ਜਿਹੜਾ ਸ਼ੁਰੂ ਤੋਂ ਮਾਹੌਲ ਸੀ, ਉਹ ਸਾਡੇ ਮਾਤਾ ਜੀ ਜਿਹੜੇ, ਉਹਨਾਂ ਸਾਨੂੰ ਪ੍ਰੇਰਿਤ ਕੀਤਾ। ਅੱਛਾ ਜੀ। ਬਈ ਬਾਣੀ ਪੜ੍ਹਨੀ, ਸਹਿਜ ਪਾਠ ਕਰਨਾ। ਅੱਛਾ ਜੀ। ਅਤੇ ਧਾਰਮਿਕ ਕਿਤਾਬਾਂ, ਅਤੇ ਸਾਡੇ ਸਾਡਾ ਫਾਰਮ ਪੈਂਦਾ ਸੀ ਡੇਰਾ ਸੀ। ਅੱਛਾ ਜੀ। ਸਾਡੇ ਕੋਲ ਆਮ ਤੌਰ 'ਤੇ ਕਾਰ ਸੇਵਾ ਵਾਲੇ ਮਹਾਂਪੁਰਸ਼ ਜਿਹੜੇ, ਬਾਬਾ ਜੀਵਨ ਸਿੰਘ ਹੋਰੀ, ਹਾਂਜੀ, ਉਹਨਾਂ ਦੇ ਅੱਗੋਂ ਜਿੰਨੇ ਸੇਵਾਦਾਰ ਸੀ ਉਹ ਸਾਰੇ ਆਉਂਦੇ ਰਹਿੰਦੇ ਸੀ, ਅਤੇ ਬਸ ਉਹ ਮੋਟਾ ਜਿਹਾ ਉਹ ਕਹਿੰਦੇ ਸੀ ਵੀ ਸਤਨਾਮ ਵਾਹਿਗੁਰੂ ਜਪਿਆ ਕਰੋ। ਅਤੇ ਉਹਦੇ ਤੋਂ ਬਾਅਦ ਮੈਂ ਵਾਈ ਖੇਤੀ ਵਿੱਚ ਰਿਹਾ। ਦਰਮਿਆਨਾ ਪਰਿਵਾਰ ਸੀ ਵਧੀਆ, ਵੀ ਨਾ ਬਹੁਤੀ ਇੰਨੀ ਜ਼ਮੀਨ ਸੀ ਵੀ ਸ਼ਾਮ ਨੂੰ ਗਲੀਆਂ ਦੇ ਵਿੱਚ ਛਮਲੇ ਛੱਡ ਕੇ ਤੁਰਨਾ, ਆਪਣੀ ਮਿਹਨਤ ਕਰੋ ਅਤੇ ਰੋਟੀ ਖਾਓ, ਠੀਕ ਹੈ। ਪਰ ਪਿੰਡ ਵਿੱਚ ਵਧੀਆ ਬਜ਼ੁਰਗਾਂ ਨੇ ਇੱਜ਼ਤ ਬਣਾਈ ਸੀ, ਠੀਕ ਹੈ। ਅਤੇ ਪਰ ਸਿੱਖੀ ਵੱਲ ਮੇਰਾ ਰੁਝਾਨ ਪਹਿਲਾਂ ਵੀ ਆਇਆ ਸੀ। ਅੱਛਾ। ਕੁਦਰਤੀ ਤੌਰ 'ਤੇ ਬਾਣੀ ਪੜ੍ਹਨੀ ਜਾਂ ਅਧਿਆਤਮਵਾਦ ਜਾਂ ਸਾਧੂਆਂ ਦੀਆਂ ਜਿਹੜੀਆਂ ਉਹਨਾਂ ਦੀਆਂ ਜੀਵਨੀਆਂ ਸਨ, ਉਹ ਜ਼ਿਆਦਾ ਮੈਂ ਪੜ੍ਹਦਾ ਸੀ। ਅੱਛਾ। ਬਈ ਇਹ ਜਿਹੜੀ ਚੀਜ਼ ਹੈ ਕਿਵੇਂ ਪੈਦਾ ਹੁੰਦੀ, ਜਿਹੜੀ ਬਾਣੀ 'ਚ ਲਿਖੀ, ਇਹ ਮੇਰਾ ਸ਼ੁਰੂ ਤੋਂ ਸ਼ੌਂਕ ਰਿਹਾ। ਉਹਦੇ ਤੋਂ ਬਾਅਦ ਫਿਰ ਇਹ ਆਪਣੇ ਨਗਰ ਦੇ ਵਿੱਚ ਹੀ ਮੈਂ ਜਦੋਂ ਪੜ੍ਹਦਾ ਸੀ, ਸਾਡੇ ਨਾਲ ਨਵਾਂ ਗੁਰਦੁਆਰਾ ਸੀ ਸ਼ੁਰੂ ਕੀਤਾ ਪਿੰਡ ਨੇ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਿੰਡ ਹਾਬੜੀ ਪੈਂਦਾ ਹਰਿਆਣੇ ਵਿੱਚ। ਅੱਛਾ। ਕਿੱਥੇ ਗਏ ਜੀ? ਇਹ ਹੁਣ ਕੈਥਲ ਜ਼ਿਲ੍ਹੇ ਵਿੱਚ ਆ ਗਿਆ, ਜਿੱਥੇ ਭਾਈ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰੀ ਗ੍ਰੰਥ ਲਿਖਿਆ, ਉਹ ਡਿਸਟ੍ਰਿਕਟ ਕੈਥਲ ਹੈ, ਠੀਕ ਹੈ। ਪਹਿਲਾਂ ਕੁਰਸ਼ੇਤਰ ਵਿੱਚ ਸੀ, ਸ਼ੁਰੂ 'ਚ ਕਰਨਾਲ ਵਿੱਚ ਵੀ ਰਿਹਾ, ਉਸ ਸਰਕਲ 'ਚ ਆਉਂਦਾ, ਠੀਕ ਹੈ। ਤਾਂ ਉੱਥੇ ਮੈਂ ਫਿਰ ਵਾਈ ਖੇਤੀ ਕਰਦਾ ਰਿਹਾ, ਅਤੇ ਉਸ ਦੌਰਾਨ ਮੇਰੀ ਜਿਹੜੀ ਪੜ੍ਹ ਮੈਂ ਕਾਫੀ ਲਿਆ ਸੀ, ਕਿਉਂਕਿ ਮੈਨੂੰ ਯਾਦ ਹੈ ਹੁਣ ਤਾਂ ਕੁਝ ਵੀ ਨਹੀਂ ਪੜ੍ਹਿਆ ਜਾਂਦਾ ਉਸ ਹਿਸਾਬ ਨਾਲ, ਠੀਕ ਹੈ। ਮੈਂ ਕਈ ਵਾਰੀ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਲਗਾਤਾਰ ਕੋਈ ਕਿਤਾਬ ਲੈਣੀ, ਅਤੇ ਮੈਨੂੰ ਯਾਦ ਹੈ ਵੀ ਮੈਂ ਉਹਨੂੰ ਸ਼ੁਰੂ ਤੋਂ ਕਰਕੇ ਅਤੇ ਐਂਡ ਪਿਛਲੇ ਵਰਕੇ ਤੱਕ ਲੈ ਜਾਂਦਾ ਸੀ ਇੱਕੋ ਬੈਠ ਕੇ ਜੀ। ਅੱਛਾ। ਹੁਣ ਤਾਂ ਅੱਧਾ ਘੰਟਾ ਵੀ ਨਹੀਂ ਪੜ੍ਹਿਆ ਜਾਂਦਾ, ਹੁਣ ਤਾਂ ਜ਼ਿਆਦਾ ਬੋਲਣ 'ਤੇ ਹੀ ਹੈ। ਅਤੇ ਉਹ ਸਾਰਾ ਅੰਦਰ ਜਿਵੇਂ ਬਣਿਆ ਹੋਇਆ ਸੀ, ਠੀਕ ਹੈ, ਨਾਲ ਸਹਿਜ ਪਾਠ ਚੱਲਣਾ। ਉਸ ਦੌਰਾਨ ਜਿਹੜੇ ਬਾਬਾ ਸੁੱਚਾ ਸਿੰਘ ਜੀ ਜੋਧੀ ਟਕਸਾਲ ਵਾਲੇ, ਹਾਂਜੀ, ਜਿਨ੍ਹਾਂ ਨੇ ਰਾਗਾਂ ਦੀ ਪਰਤ ਕੇ, ਹਾਂਜੀ, ਪਰੰਪਰਾ ਜਿਹੜੀ ਸੁਰਜੀਤ ਕੀਤੀ ਹੈ, ਬੜੀ ਵੱਡੀ ਉਹਨਾਂ ਨੇ ਪਰਤ ਕੇ ਰਾਗ ਵਿਦਿਆ ਨੂੰ ਲਿਆਂਦਾ ਜੀ, ਅਤੇ ਉਹ ਮੈਨੂੰ ਮਿਲੇ ਉਸੇ ਦੌਰਾਨ। ਅੱਛਾ। ਅਤੇ ਮੈਂ ਪੁੱਛਿਆ ਤਾਂ ਉਹਨਾਂ ਨੂੰ ਅਧਿਆਤਮ ਬਾਰੇ ਸੀ ਬਈ ਸਿਮਰਨ ਕਿਵੇਂ ਕਰੀਦਾ ਜੀ, ਅਤੇ ਉਹ ਬੜੇ ਮਤਲਬ ਜਵਾਬ ਦੇ ਸਨ ਇੱਕਦਮ, ਅਤੇ ਪੂਰਾ ਚਿਹਰਾ ਉਹਨਾਂ ਦਾ ਅਜੇ ਵੀ ਯਾਦ ਆਉਂਦਾ ਚਮਕਦਾ ਜੀ। ਸਿੱਧਾ ਹੀ ਉਹਨਾਂ ਮੈਨੂੰ ਕਿਹਾ ਬਈ ਤੂੰ ਉੱਥੇ ਆ, ਫਿਰ ਤੇਰੇ ਨਾਲ ਗੱਲ ਕਰਾਂਗਾ। ਅੱਛਾ। ਅਤੇ ਮੈਂ ਚੁੱਪ ਕਰ ਗਿਆ, ਮੈਂ ਸੋਚਿਆ ਵੀ ਸਾਧ ਤਾਂ ਕਹਿੰਦੇ ਹੁੰਦੇ ਨੇ ਵੀ ਦੋ ਚਾਰ ਜਿੰਨੇ ਬੰਦੇ ਆਉਣ, ਇਹ ਜਿੰਨੇ ਵੱਧ ਆਉਣਗੇ ਚੰਗੇ, ਦਿਮਾਗ ਸਾਡੇ ਪਿੰਡਾਂ ਦੇ ਦਿਮਾਗ 'ਚ ਇਹੋ ਜਿਹੀ ਗੱਲਾਂ ਆਉਂਦੀਆਂ ਹਨ ਵੀ ਸਾਧ ਚੇਲੇ ਹੋਣ ਤਾਂ ਚੱਲਦਾ, ਪਰ ਮੈਨੂੰ ਨਹੀਂ ਪਤਾ ਵੀ ਇਹ ਸਾਧ ਕਲਾਵਾਨ ਹੈ। ਉਹ ਮੈਂ ਉੱਥੋਂ ਆ ਗਿਆ, ਗ੍ਰਿਸਤੀ ਸੀ, ਆਪਣਾ ਬੱਚੇ ਵਿਆਹ ਹੋ ਗਿਆ, ਚਲੋ ਜੀ ਕੰਮ ਚੱਲੀ ਜਾਂਦਾ, ਮੈਂ ਕੌਣ, ਕਿੰਨੇ ਜਾਣਾ ਲੁਧਿਆਣੇ, ਕੌਣ ਜਾਏਗਾ। ਹਾਂਜੀ। ਪਰ ਉਹ ਐਸੀ ਇੱਕ ਭਾਈ ਮਨਮੋਹਨ ਸਿੰਘ ਜੀ ਕਲਾ ਸੀ ਉਹ ਸਾਧ ਦੇ ਵਿੱਚ,
ਕਿ ਜਦੋਂ ਮੈਂ ਸਵੇਰੇ ਉੱਠਦਾ ਨਾ ਉਹ ਆਵਾਜ਼ ਆਉਣੀ ਮੈਨੂੰ। ਅੱਛਾ ਜੀ। ਵੀ ਤੂੰ ਉੱਥੇ ਉੱਥੇ ਨਹੀਂ ਆਇਆ ਨਹੀਂ ਤੂੰ। ਮੈਂ ਵੀ ਇਹ ਤਾਂ ਕੋਈ ਗੱਲ ਤੇ ਫਿਰ ਵੀ ਮੈਂ ਅਣਸੁਣੀ ਕੀਤੀ। ਸਾਡੇ ਮਾਤਾ ਜੀ ਨੇ ਪਿਤਾ ਜੀ ਨੇ ਬਹੁਤ ਜ਼ੋਰ ਲਾਇਆ। ਅੱਛਾ। ਮੈਂ ਉਹਨਾਂ ਨੂੰ ਇੱਕੋ ਹੀ ਗੱਲ ਕਹਿੰਦਾ ਸੀ ਵੀ ਮੈਂ ਗ੍ਰੰਥੀ ਨਹੀਂ ਬਣਨਾ। ਕਹਿੰਦੇ ਕਿਉਂ? ਮੈਂ ਕਿਹਾ ਵੀ ਟਾਈਮ ਖਰਾਬ ਕਰਨਾ, ਮੈਂ ਉੱਥੇ ਜਾਣਾ, ਉੱਥੇ ਉਹਨਾਂ ਨਾਲ ਪ੍ਰਬੰਧਕਾਂ ਨਾਲ ਲੜ ਕੇ ਆ ਜਾਵਾਂਗਾ ਦੂਜੇ ਦਿਨ। ਇਹ ਤੋਂ ਚੰਗਾ ਆਪਣੀ ਵਾਈ ਕਰੋ, ਜਿੰਨੀ ਬਾਣੀ ਪੜ੍ਹੀ ਜਾਂਦੀ ਪੜ੍ਹੋ, ਇਹਨਾਂ ਨਾਲ ਸਾਡੀ ਬਣਨੀ ਕੋਈ ਨਹੀਂ। ਸਾਨੂੰ ਪਤਾ ਸੀ ਸਾਡੇ ਸੁਭਾਅ ਕਿਵੇਂ ਦੇ ਹੁੰਦੇ ਨੇ ਅਤੇ ਇੱਕੋ ਜਿਹੀ ਗੱਲ ਹੈ। ਠੀਕ ਹੈ ਜੀ। ਪਰ ਉਹ ਗੁਰੂ ਸਾਹਿਬ ਨੇ ਕਲਾ ਹੀ ਐਸੀ ਵਰਤਾਈ ਵੀ ਇਹ ਉਂਝ ਤਾਂ ਨਹੀਂ ਜਾਂਦਾ, ਉਹ ਸਾਰਾ ਹੀ ਪਲਟਾ ਤਾ ਪਾਸਾ, ਵਾਈ ਖੇਤੀ ਵੀ ਸਭ ਪੁੱਠੀ, ਮੱਝਾਂ ਗਾਵਾਂ ਮਰ ਗਈਆਂ ਸਭ। ਉਹ ਫਿਰ ਜਦੋਂ ਇਸ ਤਰ੍ਹਾਂ ਦੀ ਘਟਨਾ ਜਦੋਂ ਵਰਦੀ ਹੈ ਨਾ ਕੋਈ, ਉਦੋਂ ਫਿਰ ਬੰਦਾ ਸੋਚਦਾ ਵੀ ਇਹ ਕੋਈ ਗੱਲ ਕਿਤੇ ਆਪਣੇ ਤੋਂ ਕੋਈ ਗਲਤੀ ਤਾਂ ਨਹੀਂ ਹੋਈ, ਗਲਤੀ ਤਾਂ ਨਹੀਂ ਹੋਈ। ਹਾਂਜੀ। ਅਤੇ ਮੈਨੂੰ ਤਾਂ ਗਲਤੀ ਦਾ ਪਤਾ ਲੱਗ ਗਿਆ ਸੀ, ਪਰ ਮੈਂ ਚੁੱਪ ਕਰ ਰਿਹਾ, ਮੈਂ ਆਪਣਾ ਬੈੱਡ ਨਹੀਂ ਛੱਡਣਾ ਚਾਹੁੰਦਾ, ਉਹ ਖੁੱਲ੍ਹੀ ਹਵਾ ਵਾਲਾ ਟਾਹਲੀ ਥੱਲੇ ਬਹਿਣਾ। ਬਿਲਕੁਲ ਜੀ। ਅਤੇ ਫਿਰ ਮੈਂ ਇਹਨਾਂ ਨੇ ਕਹਿਣਾ ਵੀ ਤੂੰ ਵਚਨ ਨਹੀਂ ਮੰਨਿਆ, ਅਤੇ ਤਾਂ ਹੋਇਆ। ਮੈਂ ਫਿਰ ਮੈਨੂੰ ਲੱਗਦਾ ਵੀ ਤੁਸੀਂ ਮੈਨੂੰ ਸੌੜੇ ਥਾਵਾਂ 'ਤੇ ਫਸਾਉਣਾ ਹੀ ਹੈ। ਭੇਜੋਗੇ। ਅਤੇ ਉਹ ਫਿਰ ਅਸੀਂ ਉੱਥੋਂ ਤੁਰੇ। ਉਹਦੇ ਦੌਰਾਨ ਜਿਹੜਾ ਉੱਥੇ ਮਹਾਰਾਜ ਨੇ ਕਿਰਪਾ ਕੀਤੀ, ਜਿਹੜਾ ਮੇਰਾ ਮੋੜਾ ਆਇਆ, ਜ਼ਿਆਦਾ ਭਕਿਆਈ ਇੱਧਰ ਹੋਈ ਜੀ, ਨਹੀਂ ਤਾਂ ਪਿੰਡਾਂ ਦੇ ਜੱਟ ਜ਼ਿਮੀਂਦਾਰਾਂ ਦੇ ਤੁਹਾਨੂੰ ਘਰਾਂ ਦਾ ਮਾਹੌਲਾਂ ਦਾ ਪਤਾ ਹੀ ਹੈ ਵੀ ਉਹ ਕਿੰਨਾ ਕੁ ਗੁਰਦੁਆਰੇ 'ਚ ਜਾਂਦੇ ਨੇ ਜਾਂ ਜਾਂਦੇ ਤਾਂ ਆਪਾਂ ਬਹਿ ਰਹੇ ਨੇ, ਲੰਗਰ ਛਕਿਆ, ਕੋਈ ਗੱਲਬਾਤ ਕਰਕੇ ਆ ਗਏ। ਮੇਰਾ ਜਿਹੜਾ ਮੋੜ ਆਇਆ ਸੀ ਜ਼ਿਆਦਾ ਆਇਆ ਹੈ ਜਦੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ 84 'ਚ 84 ਵਿੱਚ। ਅਤੇ ਉਹ ਜਿਹੜਾ ਸਮਾਂ ਸੀ ਉਹਦਾ ਬੜਾ ਅਸਰ ਪਿਆ। ਉਹ ਖਬਰਾਂ ਅਸੀਂ ਸੁਣਦੇ ਰਹਿਣਾ, ਰੇਡੀਓ ਲਾ ਕੇ ਰਾਤ ਬਹਿ ਰਹਿਣਾ ਸਾਰੇ ਵੀ ਕਿਵੇਂ ਹੋਇਆ, ਕੀ ਹੋਇਆ, ਜੇ ਧਿਆਨ ਦੇਣ ਰਾਤ ਉੱਧਰ ਹੀ ਰਹਿਣਾ ਬਈ ਇਹ ਕਿਉਂ ਹੋਇਆ ਜੀ। ਅਤੇ ਹੋਰ ਵੀ ਸਨ ਸਾਰੇ ਅੰਦਰ ਇੰਨੀ ਗਰਮਜੋਸ਼ੀ ਸੀ ਵੀ ਕੁਝ ਅਸੀਂ ਕਰੀਏ ਜਦੋਂ ਦਰਬਾਰ ਸਾਹਿਬ ਕਨਵੈਨਸ਼ਨ ਹੋਈਏ ਫੌਜ ਨੂੰ ਬਾਹਰ ਕੱਢਣ ਲਈ। ਦਸ ਸਿੰਘ ਸਾਡੇ ਪਿੰਡੋਂ ਬਜ਼ੁਰਗ ਸਾਡੇ ਉਹਦੇ ਵਿੱਚ ਗਏ ਸੀ ਅਤੇ ਅਸੀਂ ਸਾਰਿਆਂ ਨੇ ਉਹਨਾਂ ਅਰਦਾਸ ਕਰਕੇ ਭੇਜਿਆ ਸੀ ਵੀ ਵਾਪਸ ਆਉਣਗੇ ਜਾਣਾ, ਅਤੇ ਅਸੀਂ ਛੋਟੇ ਛੋਟੇ ਸੀ ਉਦੋਂ, ਸਾਨੂੰ ਸਗੋਂ ਕਈਆਂ ਨੇ ਕਿਹਾ ਵੀ ਅਜੇ ਬੱਚੇ ਛੋਟੇ ਨੇ, ਪਰ ਅਸੀਂ ਕਿਹਾ ਵੀ ਹੁਣ ਜਦੋਂ ਏਡੀ ਵੱਡੀ ਗੱਲ ਹੋ ਗਈ ਹੈ ਅਤੇ ਇਹਤੋਂ ਆਪਾਂ ਘੱਟ ਕੀ ਕਰਨਾ। ਉਹਦੇ ਦੌਰਾਨ ਫਿਰ ਮੇਰਾ ਰੁਝਾਨ ਉੱਧਰ ਥੋੜ੍ਹਾ ਜਿਹਾ ਦਿਮਾਗ ਵਿੱਚ ਗਰਮੀ ਸੀ ਅਤੇ ਪਰ ਮੈਨੂੰ ਕੋਈ ਗੁਰਮੁਖ ਮਿਲੇ ਜੀ, ਉਹ ਕਹਿੰਦੇ ਤੂੰ ਇੱਧਰ ਨਹੀਂ ਜਾਣਾ। ਅੱਛਾ। ਉਦੋਂ ਦਰਬਾਰ ਸਾਹਿਬ ਤੋਂ ਕੀਰਤਨ ਜਿਹੜਾ ਰਿਲੀਜ਼ ਕਰਨਾ ਇਹਨਾਂ ਸ਼ੁਰੂ ਕਰਤਾ ਸੀ 9 ਜੂਨ ਨੂੰ, 8 ਨੂੰ ਸ਼ੁਰੂ ਹੋ ਗਿਆ ਸੀ, ਅਜੇ ਵਿੱਚ ਆਵਾਜ਼ ਵੀ ਆਉਂਦੀ ਸੀ ਜੀ। ਉਹ ਮੈਨੂੰ ਕਹਿੰਦੇ ਵੀ ਤੂੰ ਉੱਥੇ ਤੂੰ ਆ ਕੀਰਤਨ ਸੁਣ, ਇਹ ਤੇਰੀ ਸੇਵਾ ਹੈ। ਅੱਛਾ। ਉਹ ਮੈਂ ਜਾ ਕੇ ਉਦੋਂ ਕਿਹੜਾ ਇਹਨਾਂ ਮੀਡੀਆ ਸੀ, ਮੈਂ ਜਾ ਕੇ ਕਰਨਾਲੋਂ ਰੇਡੀਓ ਲੈ ਆਉਂਦਾ ਵਧੀਆ ਕੁਆਲਿਟੀ ਦਾ, ਉਹ ਫਿਰ ਕੀਰਤਨ ਆਉਂਦਾ ਸੀ ਸ਼ਾਮ ਨੂੰ 5 ਤੋਂ 5:30 ਅਤੇ ਸਵੇਰੇ 4:30 ਤੋਂ 6। ਇਹ 2 ਘੰਟੇ ਜਿਹੜਾ ਕੀਰਤਨ ਨੇ ਸਮਝ ਲਓ ਵੀ ਇਹ ਦਰਬਾਰ ਸਾਹਿਬ ਹੀ ਰਹਿਣਾ, ਭਾਵੇਂ ਮੈਂ ਖੇਤ 'ਤੇ ਜਾਂ ਟਿਊਬਵੈੱਲ 'ਤੇ ਜਾਂ ਕਿੱਥੇ ਹਾਂ, ਉਹ ਮੇਰੇ ਕੋਲ ਕੋਲ ਰੱਖਣਾ। ਠੀਕ ਹੈ। ਉਹ ਮਹਾਰਾਜ ਨੇ 84 ਤੋਂ ਲੈ ਕੇ ਅਤੇ 2000 ਵਿੱਚ ਤੱਕ ਇਹ ਚੱਲਦਾ ਰਿਹਾ ਨਾਗੇ ਤੋਂ ਬਿਨਾਂ। ਠੀਕ ਹੈ। ਅਤੇ ਨਾਲ ਸਟੱਡੀ ਬਾਣੀ ਦੀ ਹੁੰਦੀ ਰਹੀ ਜੀ, ਅਤੇ ਇਹ 2000 ਵਿੱਚ ਮੈਨੂੰ ਬਾਬਾ ਸੁੱਚਾ ਸਿੰਘ ਜੀ ਮਿਲੇ ਅਤੇ ਫਿਰ ਇਹਨਾਂ ਨੇ ਕਿਹਾ, ਫਿਰ ਮੈਂ ਉੱਥੇ ਜੁਆਦੀ ਟਕਸਾਲ ਮੈਂ ਤਕਰੀਬਨ 2001 ਦੇ ਵਿੱਚ ਉਹਨਾਂ ਕੋਲ ਗਿਆ, ਕਿਉਂਕਿ ਮੇਰਾ ਅਭਿਸ਼ੇਕ ਦਾ ਵਾਈ ਬਣਨ ਦਾ ਹੈ ਨਹੀਂ ਸੀ, ਮੈਂ ਵੈਸੇ ਗਿਆ ਸੀ। ਅੱਛਾ। ਅਤੇ ਉਹ ਜਿਹੜਾ ਫਿਰ ਅੱਗੋਂ ਜਿਹੜੀ ਗੱਲ ਸਾਰੀ ਹੁਣੀ ਦੱਸ ਦਿਆਂ ਜਾਂ ਵਿੱਚ ਕੋਈ ਗਾਇਬ ਪਾਉਣਾ? ਹਾਂ, ਉਹ ਫਿਰ ਜਦੋਂ ਉੱਥੇ ਗਏ ਤਾਂ ਉਦੋਂ ਮੇਰੀ ਉਮਰ ਸੀ ਕੋਈ 32-33 ਸਾਲ ਦੀ ਅਤੇ ਵਿਦਿਆਰਥੀ ਤਾਂ ਆਮ ਹੁੰਦੇ ਨਾ ਸਾਰੇ, ਕੋਈ 18-20 ਸਾਲ ਦਾ, 15 ਦਾ, ਇਹ ਤਾਂ ਇੰਨੇ ਕਰਕੇ ਆਉਂਦੇ ਨੇ ਅਤੇ ਬਾਬਾ ਜੀ ਢਿੱਲੇ ਸੀ ਸਰੀਰ ਕਰਕੇ ਅਤੇ ਵਿਦਿਆਰਥੀ ਰੱਖਦੇ ਨਹੀਂ ਸੀ ਅਤੇ ਮੇਰੀ ਵਿਦਿਆਰਥੀ ਵਾਲੀ ਉਮਰ ਵੀ ਨਹੀਂ ਸੀ ਅਤੇ ਉਹ ਥੱਲੇ ਵਾਲੇ ਤਾਂ ਕਹਿਣ ਜੀ ਇੱਥੇ ਤੁਹਾਡਾ ਮਤਲਬ ਹੀ ਕੋਈ ਨਹੀਂ, ਤੁਹਾਡੀ ਤਾਂ ਉਮਰ ਹੀ ਬੜੀ ਹੈ, ਤੁਸੀਂ ਇੱਥੇ ਹੀ ਕਰਨਾ। ਅਤੇ ਮੈਂ ਵੇਖਾਂ ਬਾਬਾ ਜੀ ਨੂੰ, ਤੁਸੀਂ ਮੈਨੂੰ ਮਿਲਾਓ ਜੀ। ਉਹ ਬਾਬਾ ਜੀ ਨੂੰ ਚਲੋ ਉਹ ਅੰਦਰ ਲੰਮੇ ਪਏ ਹਨ, ਉਹਨਾਂ ਨੇ ਇਸ ਤਰ੍ਹਾਂ ਇਸ਼ਾਰਾ ਕੀਤਾ, ਕਿਹਾ ਕੁਝ ਨਹੀਂ ਵੀ ਇਸ ਤਰ੍ਹਾਂ ਕੀਤਾ ਵੀ ਠਹਿਰ ਜਾ। ਠੀਕ ਹੈ। ਉਹ ਫਿਰ ਬਾਹਰ ਮਿਲੇ ਆ ਰਹੇ ਸਨ, ਇੱਕ ਦਿਨ ਨਾਲ ਦੇ ਸਿੰਘ ਨੇ ਫੜਿਆ, ਕਮਜ਼ੋਰ ਬੜੇ ਹੋਏ ਤਾਂ ਉਹਨਾਂ ਨੇ ਫਿਰ ਉਸੇ ਵੇਲੇ ਉੱਥੇ ਜਿਹੜੇ ਹੁਣ ਮੁਖੀ ਨੇ ਗਿਆਨੀ ਅਮੀਰ ਸਿੰਘ ਜੀ, ਇਹਨਾਂ ਨੂੰ ਸੱਦਿਆ, ਆਵਾਜ਼ ਮਾਰ ਗਏ ਸਨ, ਮੈਨੂੰ ਯਾਦ ਅਮੀਰ ਸਿੰਘ ਇੱਧਰ ਆ। ਅੱਛਾ। ਕਹਿੰਦੇ ਆ ਸਿੰਘ ਨੂੰ ਕਥਾ ਸਿਖਾਉਣੀ। ਹੋਰ ਤਾਂ ਉੱਥੇ ਕੋਈ ਵਿਦਿਆਲਾ ਤਾਂ ਇਸ ਤਰ੍ਹਾਂ 22 ਕਲਾਸ 'ਤੇ ਹੈ ਨਹੀਂ ਸੀ ਜੀ, ਉਹ ਉਹ ਟਕਸਾਲ ਸੀ ਕੀਰਤਨ ਦੀ ਜੀ।
ਅਤੇ ਫਿਰ ਉੱਥੇ ਮੈਂ ਪੜ੍ਹਿਆ ਪਹਿਲਾਂ ਸੀ। ਠੀਕ ਹੈ। ਬਸ ਦੋ ਤਿੰਨ ਕੁ ਮਹੀਨੇ ਮੈਂ ਥੋੜ੍ਹਾ ਜਿਹਾ ਵੇਖਿਆ ਵੁਖਿਆ ਵੀ ਕਿਵੇਂ ਬਹਿੰਦੇ ਖਲੋਂਦੇ ਨੇ, ਕਿਉਂਕਿ ਮੈਂ ਆਪਣੀ ਪਹਿਲੀ ਜ਼ਿੰਦਗੀ ਸਟੇਜ ਦੇ ਨੇੜੇ ਗਿਆ ਹੀ ਨਹੀਂ ਸੀ ਕਦੀ। ਠੀਕ ਹੈ। ਮੈਂ ਮੱਥਾ ਵੀ ਗੁਰਦੁਆਰੇ, ਮੈਨੂੰ ਯਾਦ ਹੈ ਵੀ ਜਦੋਂ ਪਿੰਡ ਦੁਆਨ ਸੱਜਣਾ ਹੈ ਨਾ ਜੀ, ਜਿਹੜੀ ਬਾਹਰਲੀ ਇੰਟਰੈਸ ਹੁੰਦੀ ਹੈ ਨਾ ਹਾਂਜੀ, ਉਹਦੀ ਗੇਟ ਦੀ ਬਿਲਕੁਲ, ਹਾਂਜੀ, ਮੈਂ ਅਗਾਂਹ ਵੀ ਨਹੀਂ ਸੀ ਜਾਂਦਾ। ਉੱਥੋਂ ਜਾ ਕੇ ਅੰਜ ਕਰਕੇ ਅਤੇ ਸੱਜੇ ਬਹਿ ਜਾਣਾ, ਸੁਣ ਕੇ ਉੱਥੋਂ ਹੀ ਕਰਕੇ ਅੰਜ ਆ ਜਾਣਾ, ਅੱਗੇ ਨਹੀਂ ਜਾਣਾ। ਇਹੋ ਜਿਹਾ ਸਮਾਂ ਹੋ ਗਿਆ ਜੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਜਾਣਦੇ ਹਾਂ ਕਿ ਪਹਿਲੀ ਵਾਰੀ ਭਾਈ ਕੁਲਵੰਤ ਸਿੰਘ ਜੀ ਉਹਨਾਂ ਨੇ ਕਦੋਂ ਸਟੇਜ 'ਤੇ ਬੈਠੇ ਮੈਂ ਇੱਕ ਦੇ ਸਾਹਮਣੇ। ਛੋਟੀ ਜਿਹੀ ਬ੍ਰੇਕ, ਹੁਣੇ ਵਾਪਸੀ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਆਪ ਜੀ ਦਾ ਸਵਾਗਤ ਹੈ ਜੀ। ਬੜੇ ਇੰਟਰਸਟਿੰਗ ਬੋਰਡ 'ਤੇ ਗੱਲਬਾਤ ਚੱਲ ਰਹੀ ਹੈ ਜੀ। ਭਾਈ ਸਾਹਿਬ ਜੀ, ਇਹ ਦੱਸੋ ਕਿ ਪਹਿਲੀ ਵਾਰੀ ਕਦੋਂ ਫਿਰ ਸਬੱਬ ਬਣਿਆ ਸਟੇਜ 'ਤੇ ਬਹਿ ਕੇ ਮਾਈਕ ਨਾਲ ਕਥਾ ਕਰਨ ਦਾ? ਹਾਂਜੀ, ਉਹ ਸਬੱਬ ਇਸ ਤਰ੍ਹਾਂ ਬਣਿਆ ਵੀ ਉਦੋਂ ਇਹ ਜਵਾਦੀ ਟਕਸਾਲ ਦੇ ਵਿੱਚ ਛੋਟਾ ਕਮਰਾ ਸੀ ਗੁਰਦੁਆਰਾ ਸਾਹਿਬ। ਅੱਛਾ ਜੀ। ਅਤੇ ਮੇਰਾ ਅਜੇ, ਮੈਨੂੰ ਅਜੇ 4 ਮਹੀਨੇ ਸਾਰੇ ਹੋਏ ਸੀ। ਨਾਲ ਦੇ ਸਗੋਂ ਮੈਨੂੰ ਮਖੌਲ ਕਰਦੇ ਸੀ ਵੀ ਤੂੰ ਹੁਣ ਇਸ ਉਮਰ 'ਚ ਕਥਾ ਸਿੱਖਣਾ ਹੈ, ਅਤੇ ਮੈਂ ਵੀ ਕੋਈ ਗੱਲ ਨਹੀਂ, ਚਲੋ ਕੜਾਹ ਪ੍ਰਸ਼ਾਦ ਤਾਂ ਛਕਾਂਗੇ ਨਾ, ਕਥਾ ਨਾ ਆਵੇ ਕਿਤੇ। ਅਤੇ ਤੁਸੀਂ ਮੰਨ ਲਓ ਇੱਥੇ ਆਏ ਆ ਹੁਣ ਯਾਰ, ਮੈਨੂੰ ਤੁਸੀਂ ਰਹਿਣ ਤਾਂ ਦਿਓ, ਨਾ ਸਿੱਖਾਂਗਾ ਤਾਂ ਮੈਂ ਟੁਰ ਜਾਵਾਂਗਾ ਉੱਥੇ ਆਪਣੇ ਉਹ ਹੀ ਪੱਲੀ ਆਪਣਾ ਖੇਤੀਬਾੜੀ ਆਵੇ। ਠੀਕ ਹੈ। ਉਹ ਕਹਿੰਦੇ ਚੱਲਦਾ ਰਿਹਾ ਜੀ। ਮੇਰੇ ਤੋਂ ਪਹਿਲਾਂ ਉੱਥੇ ਕਥਾਬਾਜ਼ ਸਿੱਖ ਰਹੇ ਸੀ ਕੁਝ, ਜਿਹੜੇ ਕਥਾ ਕਰਦੇ ਸੀ, ਅਤੇ ਮੈਂ ਅਜੇ 4 ਮਹੀਨੇ ਹੋਏ ਸੀ, ਚਾਰ ਕੁ ਮਹੀਨੇ ਹੋਏ। ਇੱਕ ਦਿਨ ਐਸਾ ਸਮਾਂ ਬਣਿਆ ਵੀ 5 ਵਜੇ ਕਥਾ ਸ਼ੁਰੂ ਹੁੰਦੀ ਸੀ ਅਤੇ 4:30 ਵਜੇ ਮੇਰੇ ਕਮਰੇ 'ਚ ਮੈਨੂੰ ਮੁੰਡਾ ਆਇਆ। ਅੱਛਾ। ਕਹਿੰਦੇ ਤੈਨੂੰ ਬਾਬਾ ਜੀ ਕਹਿੰਦੇ ਵੀ ਤੂੰ ਕਥਾ ਕਰਨੀ ਹੈ। ਅੱਛਾ ਜੀ। ਮੈਂ ਵੀ ਕਥਾ, ਮੈਂ ਨਾ ਕਦੀ ਗਿਆ ਕਥਾ ਕਰਨ, ਨਾ ਸ਼ੁਰੂ ਕੀਤੀ ਹੈ, ਅਤੇ ਨਾ ਮੇਰੀ ਕੋਈ ਤਿਆਰੀ, ਅਤੇ ਅੱਧਾ ਘੰਟਾ ਰਹਿ ਗਿਆ। ਉਹ ਕਹਿੰਦੇ ਜਿਵੇਂ ਵੀ ਹੋਵੇ ਅੱਜ ਕਥਾ ਕਰਨੀ ਹੈ। ਅੱਛਾ। ਮੈਂ ਪ੍ਰਸੰਗ ਕਿੱਥੇ ਆਇਆ? ਪ੍ਰਸੰਗ ਵੇਖਿਆ, ਉਹ ਸੂਰਜ ਪ੍ਰਕਾਸ਼ ਸੀ। ਅੱਛਾ। ਉਹ ਸਾਖੀ ਮੈਨੂੰ ਆਉਂਦੀ ਸੀ ਵੈਸੇ, ਪਹਿਲਾਂ ਪੜ੍ਹੀ ਵੀ ਪੜ੍ਹੀਆਂ ਸਾਰੀਆਂ। ਹਾਂ। ਮੈਂ ਵੀ ਚੱਲ ਫਿਰ ਹੁਣ ਜਿਵੇਂ ਹੋਏਗਾ, ਮਹਾਰਾਜ ਕਰਨਗੇ, ਅੱਜ ਕੋਈ ਗੱਲ ਹੈ। ਉਹ ਜੀ ਆਪਣਾ ਪਾਏ ਕੱਪੜੇ, ਪੱਗ ਬੰਨੀ ਜੀ ਅਤੇ ਬਹਿ ਗਏ। ਉਹ ਕਥਾ ਪਹਿਲੇ ਦਿਨ ਮੈਂ ਘੰਟੇ ਤੋਂ ਹੀ ਉੱਤੇ ਕੀਤੀ। ਅੱਛਾ। ਮੈਨੂੰ ਇਹ ਸੀ ਵੀ ਜੇ ਮੈਟਰ ਪਤਾ ਨਹੀਂ ਪੂਰਾ ਆਵੇਗਾ ਕਿ ਨਹੀਂ। ਮੈਂ ਚਲੋ, ਉਹ ਜੀ ਭਾਈ ਮਨਮੋਹਨ ਸਿੰਘ ਜੀ ਪਤਾ ਨਹੀਂ ਕੀ ਬਣਿਆ, ਉਹ ਤਾਂ ਮੈਟਰ ਖਤਮ ਹੀ ਨਾ ਹੋਵੇ। ਅੱਛਾ। ਉਹ ਚੱਲ ਗਿਆ ਕੰਮ ਪੂਰਾ। ਠੀਕ ਹੈ। ਉਹ ਪਹਿਲੇ ਦਿਨ ਮੇਰੀ ਉਹ ਕਥਾ ਸੀ। ਉਹ ਕਥਾ ਜਦੋਂ ਹੋਈ ਫਿਰ ਸਾਰੇ ਕਹਿਣ ਵੀ ਤੇ ਕਥਾ ਆਉਂਦੀ, ਤੂੰ ਕਰਦਾ ਕਿਉਂ ਨਹੀਂ ਜੀ? ਉਹ ਫਿਰ ਮੈਂ ਉੱਥੇ ਕਥਾ ਸ਼ੁਰੂ ਕਰਤੀ, ਜਾਂ ਇੰਝ ਕਹਿ ਸਕਦੇ ਹੋ ਮੈਂ ਡਾਇਰੈਕਟ ਕਥਾ 'ਤੇ ਗਿਆ ਵਾਂ। ਮੈਨੂੰ ਸੱਚੀ ਪੁੱਛੋ ਨਾ ਅਰਦਾਸ ਅਤੇ ਨਾ ਮੈਂ ਹੁਕਮਨਾਮਾ ਲੈ ਲਈਦਾ ਸੀ, ਬਾਣੀ ਸੀ ਵੀ ਇਹਨਾਂ ਕੰਮਾਂ 'ਚ ਮੈਂ ਇਹਨਾਂ ਤੋਂ ਟਲਦਾ ਹਾਂ, ਤੁਹਾਨੂੰ ਮੈਂ ਸੰਗਤੀ ਰੂਪ 'ਚ ਅਰਦਾਸ ਨਹੀਂ ਕਰਨੀ ਸਾਰੇ ਬਣਿਆ ਹੁੰਦਾ ਜੀ। ਮੈਂ ਗਿਆ ਨਹੀਂ ਉਹਦੇ 'ਚ, ਸਗੋਂ ਕਈ ਵਾਰੀ ਹੰਡਪਟ ਟਿਕਣਾ ਨਾ ਜੀ, ਅਤੇ ਮੈਂ ਉੱਥੇ ਬਾਬਿਆਂ ਨੂੰ ਕਹਿਣਾ, ਮੈਂ ਬਈ ਯਾਰ ਮੈਨੂੰ ਇਹ ਬੰਧਨ ਜਿਹਾ ਲੱਗਦਾ, ਤੁਸੀਂ ਮੈਨੂੰ ਇਹਦੇ 'ਚ ਨਾ ਪਾਇਆ ਕਰੋ, ਮੈਨੂੰ ਕੋਈ ਕਈ ਵਾਲਾ ਕੰਮ ਹੈ ਅਤੇ ਮੈਂ ਬਾਹਰ ਡੇਰੇ 'ਚ ਕੋਈ ਲੱਕੜਾਂ ਪਾੜਨ ਦਾ ਉਹ ਕਰ ਲਓ। ਠੀਕ ਹੈ ਜੀ। ਉਹ ਜੀ ਫਿਰ ਮੈਂ ਉੱਥੇ ਭਾਈ ਮਨਮੋਹਨ ਸਿੰਘ ਜੀ, ਤਕਰੀਬਨ ਮੈਂ 8 ਕੁ ਮਹੀਨੇ ਹੀ ਕਥਾ ਕੀਤੀ ਹੈ। ਅੱਛਾ ਜੀ। ਬਾਬਾ ਜੀ ਮੈਨੂੰ ਇੱਕ ਦਿਨ ਕਹਿੰਦੇ ਨੇ, ਕਮਜ਼ੋਰ ਬੜੇ ਹੋ ਗਏ ਜੀ, ਅਤੇ ਪਰਾਂ ਉੱਧਰ ਬਹਿੰਦੇ ਹੁੰਦੇ ਸੀ, ਅਤੇ ਸਨੇਹ ਮੈਨੂੰ ਉਹਨਾਂ ਨਾਲ ਬਹੁਤ ਸੀ, ਬਿਮਾਰ ਸਨ, ਅਤੇ ਮੈਨੂੰ ਇੱਕ ਦਿਨ ਕਹਿੰਦੇ ਵੀ ਤੂੰ ਜਲਦੀ ਕਰ ਲੈ। ਅੱਛਾ। ਜਦੋਂ ਮਿਲਣਾ ਨਾ ਤੂੰ ਜਲਦੀ ਕਰ ਲੈ। ਮੈਂ ਵੀ ਜਲਦੀ, ਪਤਾ ਨਹੀਂ ਕਿਉਂ ਕਹਿੰਦੇ ਨੇ। ਉਹ ਜਲਦੀ ਦਾ ਕਾਰਨ ਇਹ ਸੀ ਵੀ 8 ਮਹੀਨਿਆਂ ਬਾਅਦ ਉਹ ਚੜ੍ਹਾਈ ਕਰ ਗਏ। ਅੱਛਾ। ਜਦੋਂ ਉਹ ਚੜ੍ਹਾਈ ਕਰ ਗਿਆ, ਇੱਕ ਵਾਰ ਮਨ ਨੂੰ ਲੱਗਾ ਧੱਕਾ ਬਹੁਤ, ਬਿਲਕੁਲ, ਅਤੇ ਪਰ ਫਿਰ ਮੈਂ ਜਾਰੀ ਰੱਖਿਆ। ਉਹਦੇ ਤੋਂ ਬਾਅਦ ਫਿਰ ਤਕਰੀਬਨ ਕਥਾਵਾਚਕ ਜਿਵੇਂ ਹੁੰਦੇ ਨੇ ਆਮ, ਉਸ ਤਰ੍ਹਾਂ ਮਹਾਰਾਜ ਨੇ ਕਿਰਪਾ ਕੀਤੀ, ਪਿਛਲਾ ਜਿਹੜਾ ਪੰਜਾਬ ਪੜ੍ਹਿਆ ਸੀ, ਅਤੇ ਇਹ ਕਥਾ ਦੀ ਅੱਗੋਂ ਫਿਰ ਮੈਂ ਇਹ ਤਕਰੀਬਨ ਇਹ 2005 ਵਿੱਚ ਜੀ ਇੱਕ ਮਹਾਰਾਜ ਦੀ ਕਿਰਪਾ ਰਹੀ ਕਿ ਮੈਨੂੰ ਕਿਸੇ ਨੂੰ ਜਾ ਕੇ ਨਹੀਂ ਕਹਿਣਾ ਪਿਆ ਵੀ ਮੈਨੂੰ ਡਿਊਟੀ ਦਿਓ। ਦੁੱਖ ਨਿਵਾਰਨ ਸਾਹਿਬ ਦੀ ਸਟੇਜ ਤੁਸੀਂ ਲੁਧਿਆਣਾ ਗੁਰਦੁਆਰੇ ਚੰਗੀ ਤਰ੍ਹਾਂ ਜਾਣਦੇ ਹੋ, ਬਹੁਤ ਮਸ਼ਹੂਰ ਬਈ, ਜਿਹੜੀ ਕਥਾ ਦਾ ਰੁਝਾਨ ਇੰਟਰਨੈਟ 'ਤੇ ਚੱਲਿਆ ਜੀ, ਉਹ ਉਸ ਸਟੇਜ ਤੋਂ ਚੱਲਿਆ, ਸਭ ਤੋਂ ਸ਼ੁਰੂ ਹੋਣ ਦੇ ਮੰਜੀ ਸਾਹਿਬ ਹੋ ਗਿਆ, ਬੰਗਲਾ ਸਾਹਿਬ ਹੋ ਗਿਆ, ਅਤੇ ਉੱਥੇ ਫਿਰ 2005 ਵਿੱਚ ਉਹਨਾਂ ਦਾ ਮੈਨੂੰ ਫੋਨ ਆਇਆ। ਠੀਕ ਹੈ। ਬਈ ਤੁਸੀਂ ਆਓ, ਅਸੀਂ ਇੱਥੇ ਸਾਡੇ ਕਥਾ ਕਰੋ। ਠੀਕ ਹੈ।
तो मैं कथा की थी, वो कहें भी कथा शुरू कर दौ। ठीक है जी। कथा के नाल उन्होंने कॉलेज भाई गुरदास मिशनरी कॉलेज। अच्छा। वो कहें भी कॉलेज भी तुम चला। अच्छा। मैं क्या यार असं सीधे ज बंदे अं ना, मैं आप नहीं कॉलेज गया कदम है कहते नहीं तुम ये क्लासा लाइनिया ने। अच्छा जी। मैं क्लासा लाइनिया मेरे तो कथा का काम है कला। जी। कहते नहीं तू करो तुम। मैं चलो जिनी सेवा होएगी नाल कथा दोवें टाइम। हाँ जी। नाल उत्थे फिर मैं तीन साल तक एक बैच कथावाचकों का 15 सिंह सन। अच्छा। उन्होंने दास ने पढ़ाया उत्थे महाराज कृपा नाल। ठीक है। वो अज सारे कथावाचक ने, वो 15 जिहड़े सिंह ने। ठीक है। तो और उत्थे एक फिर मैं किताब लिखवाई उन्होंने प्रश्न उत्तर की। अच्छा। वो तुम अगे दसने भी जरा साहबजादे सेवा दल हूँ बनया। हाँ जी। वो किताब वो छप के आ गई है। ठीक है। वो जी किताब है। ठीक है। इस तरह मैं तकरीबन 5 साल तक 2010 तक 5 साल लगातार सवेरे शाम करता। उत्थे भी मैं कथा की सेवा ही रहा। ठीक है। बाहरों आईदा सी तो कथा करके वापस चले जाना। ठीक है। तो दोपहर में इन्हों की क्लास अटेंड करनी है। ठीक है। इस तरह वो 5 तो 10 तक वो संगत का बहुत प्यार मिलया, क्योंकि नैट पर जाता सी, टीवी भी चलता ही सारे पंजाब। हाँ जी। तो उदों फिर जिमें कह लो बई तुहाडा सिंघां दा प्यार सारिया का संगत का उन्होंने बहुत दिता। तो इस तरह चढ़ती कला हुई है। पैसा जी हुण जदों थोड़ी कथा सुनते हैं मैनू शौक आ, मैं आलमोस्ट जिनी थोड़ी ऑडियो हैगी अवेलेबल वो मैं सुनी है। तो आम तौर पर जो असी कथा किसी की सुनीए सानू जदे पता लगता भी यह किहड़े एंगल तो आ रहे हैं। जो थोड़ी कथा असी सुनते हैं तो सानू पता नहीं सी लगता बई आम तौर पर हैगा मशीनरी टाइप प्रचारक ने या टकसाली प्रचारक ने किसी धड़े नाल जुड़े हुए ने। थोड़ी एक तां निरपक्ख हुंदी आ, बैलेंस हुंदी थोड़ी गल जिहड़ी तुसीं गुरबाणी की गल करदे आ। पर हुण चक्कर इह आ बई जिवें तुसीं आप कहिंदे हो कि मैं ग्रंथी नहीं सी बनना चाहुंदा, हुण अगले परिवार च जे कोई बच्चा जाना चाहवे प्रचार च फिर भेजोगे जी? हाँ, मैं तां इह माड़ा नहीं कम। मैं अपने भजंगी नूं भी कहा 22-23 साल का। ठीक है। मैं भी जे तू कथावाचक बनना तू दस तेनूं पूरा पढ़ाने। ठीक है। जे तू अंग्रेजी च भी बनना तो भी तेरा तेनू ना स्टेज का फिक्र है ना तेनू पैसे का। बिल्कुल। भी मैं की करा भावें 10 साल ला ला जी, जे सेवा करनी है ये सेवा करो। ठीक है। पर वह जो ग्रंथी सिंघां दा विचारियां दा ये भी बच्चा ना जाए उन्हां दा एक कारण है। हुण सानू तां वेखो महाराज ने कोई ऐसी कला ही वरता दे भी शुरू तो चुक लिया। बिल्कुल। बी सानू कदी सच्चाई पुछो तुसी वेंदे ही हुण मैं बहुता उहनूं कहांगा तो विखावा होएगा। बिल्कुल बिल्कुल जी, पता ही जी। ते जेड़े मैं कई बारी ग्रंथी सिंघां दे हालात वेखना वा वह वेख के कई बारी मैनूं बहुत हुंदा जी बई उहनां नूं वह सहूलत जां वह चीज़ नहीं मिलदी। गुरू के वजीर वाली कोई गल, गुरू के वजीर ही कला कला ना ही तू वजीर है। वजीर हुण एक थां ते मैं चला गया उत्थे वह सारे कहन जी गुरद्वारा प्रबंधक से गुरद्वारा वेखो किड्डा सोहना असी बनाया पता नहीं किन्ने करोड़ रुपया लाता जी। तो मैं भाई ग्रंथी सिंह की रैश भी विखाओ मैनू। कहिंदे कोई नहीं वह तो परां है कोई नहीं। मैं नहीं मैं वह भी वेखनी है। उत्थे गया जी वो कमरे के एक शहरे तौली टंगे जिथे वह सौंदा सी जी वो नाल रसोई तो बच्चे बेचारे वो कोल बैठे। मैं क्या भी इनू तुम वजीर कहते हो वो बादशाह दे तुसीं लाता सोने का छत्र ये कपड़ियां नूं तंद मिल पई जी तुसीं मतलब जिथे उत्थे 2 करोड़ गुरद्वारे ते लाया इत्थे 20 लाख इधर भी ला देना सी। बिल्कुल। इहदी रहिश करनी। हुण दूजी गल ए ग्रंथी सिंह नूं इह नहीं पता बेचारे नूं मैं किन्ने साल इत्थे रहना बई उहने बच्चे के स्कूल च पाए ने पक्के तौर पर पढ़ा लेगा। वो तो संग्रांत टू संग्रांत ही चलते जी, संग्रांत टू संग्रांत चलते जी, अगली संग्रांत। इस करके जे साडी कौम ने इधर ध्यान ना किया बई ग्रंथी सिंघां नूं एक एजुकेट सिस्टम ना दिता बई ये बकायदा एक नौकरी वांगे इन्हों का हक बनता है ये साढ़े तो लै सकते हैं। इन्हें बच्चों की पढ़ाई का प्रबंध इन्हों की मैडिकल का होगा तो ये लोग ये आने नहीं तो लोग ये नहीं आते। बिल्कुल। फिर रहायश हूँ पिंड है जी लुधियाने हूँ नहीं रहायश हूँ लुधियाने में पिंड पिंड कुछ करते हो पिंड भी है पिंड मेरा तो नहीं छुटता। अच्छा। वह मैनू कह लो भी कोई रोग है अंदर भी उस मिट्टी तो बिना मेरा उत्थे मैं साल बाद तो जरूरी है। अच्छा। छोटे साहबजाद याद च यह होंगे 15, 16, 17 दसंबर न। ठीक है। 3 दिन का वड्डा समागम होंदा। ठीक है। पिछे सिख चैनल ने भी किया
ਰਿਕਾਰਡਿੰਗ ਠੀਕ ਹੈ ਜੀ ਤੇ ਜੇ ਤੁਸੀਂ ਵੀ ਕਰਨਾ ਚਾਹੋ ਹੁਣੇ ਮੈਂ ਤੁਹਾਨੂੰ ਸੱਦਾ ਦੇਣਾ ਜ਼ਰੂਰ ਜ਼ਰੂਰ ਅਗਲੀ ਵਾਰੀ ਕਿਉਂਕਿ ਉਹ ਹਰਿਆਣੇ ਪੱਧਰ ਦਾ ਸਮਾਗਮ ਹੁੰਦਾ ਠੀਕ ਹੈ ਜੀ 3 ਦਿਨ ਦਾ ਸਵੇਰੇ 11 ਤੋਂ 4 ਵਜੇ ਤੱਕ ਠੀਕ ਹੈ ਤੇ ਸਾਰੇ ਸਿੰਘ ਕਥਾਵਾਚਕ ਰਾਗੀ ਸਿੰਘ ਢਾਡੀ ਸਿੰਘ ਤੇ ਪਿੰਡ ਬੜਾ ਸ਼ੌਂਕ ਨਾਲ ਕਰਦਾ ਠੀਕ ਹੈ ਜੀ ਤੇ ਉਦੋਂ ਮੈਂ ਜਾਂਦਾ 1 ਵੀਕ ਵਾਸਤੇ ਠੀਕ ਹੈ ਜੀ ਤੇ ਉਦੋਂ ਸਵੇਰੇ ਨਾਲ ਕਥਾ ਕਰੀਦੀ ਪਿੰਡ ਦੇ ਵਿੱਚ ਤੇ ਉਂਝ ਵੀ ਆਉਣ ਜਾਣ ਜਿਵੇਂ ਆਏ ਮਹੀਨੇ ਦੀ ਦੇਸੀ 13 ਤਰੀਕ ਨੂੰ ਉੱਥੇ ਸਮਾਗਮ ਹੁੰਦਾ ਠੀਕ ਹੈ ਜੀ ਉਹ ਸ਼ੁਰੂ ਹੋਇਆ ਸੀ ਅਤੇ ਇਸ ਤਰ੍ਹਾਂ ਪਿੰਡ ਵਿੱਚ ਵੀ ਰਹਿਸ਼ ਹੈ ਕਿਉਂਕਿ ਜਿਹੜਾ ਸਾਰਾ ਪੁਰਾਣਾ ਰਹਿਣ ਸਹਿਣ ਹੈ ਚਾਚੇ ਤਾਇਆਂ 'ਚ ਮੁਰਾਦੀ ਉਹ ਉੱਥੇ ਹੈ ਠੀਕ ਹੈ ਅਤੇ ਬਾਕੀ ਹੁਣ ਮੈਂ ਇੱਕ ਵਾਰੀ ਪਿੰਡ ਵੀ ਚਲਾ ਗਿਆ ਸੀ ਅੱਛਾ ਵਿੱਚੋਂ ਬਈ ਉਹ ਖੁੱਲ੍ਹੇ ਥਾਂ 'ਤੇ ਰਹਿਣ ਦੀ ਆਦਤ ਸੀ ਵੀ ਉੱਥੋਂ ਆ ਜਾ ਕਰਾਂਗੇ ਪਰ ਉਹ ਸਾਈਡ 'ਤੇ ਪੈਣ ਕਰਕੇ ਪੰਜਾਬ ਕਵਰ ਨਹੀਂ ਸੀ ਹੁਣ ਲੁਧਿਆਣਾ ਸੈਂਟਰ ਹੈ ਫਿਰ ਲੁਧਿਆਣੇ ਵਿੱਚ ਆ ਗਏ ਹੁਣ ਲੁਧਿਆਣਾ ਜਿਹੜਾ ਸੈਂਟਰ ਹੈ ਜਿਵੇਂ ਅਸੀਂ ਪੰਜਾਬ ਵਿੱਚ ਜਾਂਦੇ ਹਾਂ 2-2.5 ਘੰਟਿਆਂ ਦਾ ਰਾਹ ਜਿੱਥੇ ਵੀ ਜਾਣਾ ਹੋਵੇ ਗੱਡੀ ਤੋਂ ਅਸੀਂ ਵਾਪਸ ਆ ਜਾਂਦੇ ਬਿਲਕੁਲ ਜੀ ਸਮਾਂ ਹੋ ਗਿਆ ਜੀ ਇੱਕ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ ਅਤੇ ਗੱਲਬਾਤ ਦੀ ਲੜੀ ਨੂੰ ਅੱਗੇ ਚਲਾਵਾਂਗੇ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਆਪ ਜੀ ਦਾ ਸਵਾਗਤ ਹੈ ਜੀ ਗੱਲਬਾਤ ਦੀ ਲੜੀ ਨੂੰ ਅੱਗੇ ਚਲਾਈਏ ਭਾਈ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ ਆ ਸਾਡੇ ਨਾਲ ਨੇ ਭਾਈ ਸਾਹਿਬ ਜੀ ਹੁਣ ਆਪਾਂ ਥੋੜ੍ਹਾ ਜਿਹਾ ਅੱਜ ਦੇ ਮੌਜੂਦਾ ਸਿੱਖ ਹਾਲਾਤ 'ਤੇ ਵੀ ਗੱਲ ਕਰ ਲਈਏ ਜੀ ਮੈਂ ਆਪ ਮਹਿਸੂਸ ਕਰਦਾ ਕਿ ਅੱਜ ਤੋਂ 20-30 ਸਾਲ ਪਹਿਲਾਂ ਪੰਥ ਦੇ ਵਿੱਚ ਝਮੇਲੇ ਬਹੁਤ ਘੱਟ ਸੀ ਜੇ ਜੇ ਆਪਾਂ ਨਾਂ ਲੈਣਾ ਹੋਵੇ ਤਾਂ ਜਿਵੇਂ ਕਹਿ ਲਓ ਵੀ ਦਮਦਮੀ ਟਕਸਾਲ ਅਤੇ ਅਖੰਡ ਕੀਰਤਨੀ ਜੱਥੇ ਦਾ ਥੋੜ੍ਹਾ ਜਿਹਾ ਕਨਫਲਿਕਟ ਸੀ ਉਹ ਸੀਗਾ ਵੀ ਜੇ ਬਹਿ ਕੇ ਮੀਟਿੰਗ ਕਰਨੀ ਆ ਤਾਂ 2 ਗੱਲਾਂ ਰਾਗਮਾਲਾ ਅਤੇ ਮੂਲ ਮੰਤਰ ਇੱਕ ਪਾਸੇ ਰੱਖ ਦਿਉ ਇਹ ਤਾਂ ਗੱਲ ਨਾ ਕਰਿਓ ਹੁਣ ਗੱਲ ਹੋ ਸਕਦੀ ਹੈ ਬਾਕੀ ਦੀ ਪਰ ਹੁਣ ਗੱਲ ਇੰਨੀ ਉਲਝ ਗਈ ਆ ਕਿ ਕਿਸੇ ਇੱਕ ਥਾਂ 'ਤੇ ਇਕੱਠੇ ਹੋ ਕੇ ਬਹਿ ਨਹੀਂ ਸਕਦੇ ਪ੍ਰਚਾਰਕ ਇਹ ਫਿਰ ਕੌਮ 'ਚ ਏਕਾ ਕਦੇ ਹੋ ਜੂਗਾ ਜੀ ਨਹੀਂ ਇੱਕ ਪਾਸੇ ਤੋਂ ਤਾਂ ਵੇਖੋ ਤਾਂ ਮੇਰਾ ਜਿਹੜਾ ਵਿਸ਼ਵਾਸ ਹੈ ਇਹ ਕੌਮ ਗੁਰੂ ਕਲਗੀਧਰ ਪਾਤਸ਼ਾਹ ਨੇ ਸਾਜੀ ਇਹਦੀ ਉਹ ਹਰ ਹਾਲਤ ਵਿੱਚ ਰੱਖਿਆ ਵੀ ਕਰਨਗੇ ਅਗਵਾਈ ਵੀ ਕਰਨਗੇ ਸਾਰਾ ਕੁਝ ਹੋਏਗਾ ਠੀਕ ਉਹ ਤਾਂ ਇੱਕ ਪੱਖ ਵੱਲੋਂ ਮੈਂ ਕਦੀ ਢਹਿੰਦੀ ਕਲਾ 'ਚ ਨਹੀਂ ਗਿਆ ਠੀਕ ਹਾਲਾਤ ਇੱਦੋਂ ਵੀ ਮਾੜੇ ਰਹੇ ਨੇ ਕੌਮ ਦੇ ਬਿਲਕੁਲ ਕੋਈ ਵੱਡੀ ਗੱਲ ਨਹੀਂ ਜੇ ਅੱਜ ਨੈਗੇਟਿਵ ਚੀਜ਼ਾਂ ਆਈਆਂ ਨੇ ਅੱਜ ਪੋਜ਼ੀਟਿਵ ਵੀ ਬਣੀਆਂ ਨੇ ਜੀ ਜੇ ਕੁਝ ਇਹ ਕਿਉਂ ਹੋਇਆ ਇਹਦਾ ਸਭ ਤੋਂ ਵੱਡਾ ਕਾਰਨ ਭਾਵੇਂ ਹੁਣ ਮੈਂ ਛੋਟੀਆਂ ਛੋਟੀਆਂ ਸ਼੍ਰੋਮਣੀ ਕਮੇਟੀ ਨੂੰ ਗੱਲਾਂ ਕਰਨ ਲੱਗ ਪਵਾਂ ਜਾਂ ਸੰਤ ਸਮਾਜ ਨੂੰ ਜਾਂ ਮਿਸ਼ਨਰੀਆਂ ਨੂੰ ਇਹ ਗੱਲਾਂ ਛੋਟੇ ਪੱਧਰ ਦੀਆਂ ਬਿਲਕੁਲ ਹਾਂਜੀ ਜੇ ਤੁਸੀਂ ਵੱਡੀ ਪੱਧਰ 'ਤੇ ਜਾਓ ਤਾਂ ਇਹਦਾ ਕਾਰਨ ਹੈ ਕਿ ਸਿੱਖਾਂ ਦੀ ਰਾਜਨੀਤਿਕ ਜਿਹੜੀ ਸ਼ਕਤੀ ਹੈ ਉਹਦਾ ਉਹਨਾਂ ਦੇ ਹੱਥਾਂ 'ਚੋਂ ਨਿਕਲ ਜਾਣਾ ਜੀ ਜਦੋਂ ਤੁਹਾਡੇ ਕੋਲ ਪਾਵਰ ਨਹੀਂ ਹੁੰਦੀ ਜਦੋਂ ਬੰਦੇ ਦੇ ਸਰੀਰ 'ਚ ਖੂਨ ਘੱਟ ਜਾਂਦਾ ਨਾ ਉਹਨੂੰ ਬੁਖਾਰ ਵੀ ਚੜ੍ਹਦਾ ਬਿਮਾਰੀਆਂ ਆ ਜਾਂਦੀਆਂ ਸਾਰੀ ਉਹਨੂੰ ਚੱਕਰ ਵੀ ਆਉਂਦੇ ਉਹਨੂੰ ਸਿਰ ਪੀੜ ਸਭ ਕੁਝ ਆਉਂਦਾ ਜੀ ਅਤੇ ਜੇ ਉਹਦੇ ਅੰਦਰ ਪਾਵਰ ਹੁੰਦੀ ਹੈ ਛੋਟੀਆਂ ਮੋਟੀਆਂ ਕਹਿੰਦੇ ਮੈਂ ਇਹਨਾਂ ਨੂੰ ਉਂਝ ਦੱਬ ਜਾਣਾ ਬਿਲਕੁਲ ਜੀ ਹੁਣ ਕੀ ਹੋਇਆ ਹੋਇਆ ਹੁਣ ਕੌਮ ਦੇ ਕੋਲ ਜਿਹੜੀ ਨਾ ਆਰਥਿਕ ਸ਼ਕਤੀ ਜੀ ਨਾ ਰਾਜਨੀਤਿਕ ਹੈ ਅਤੇ ਨਾ ਇਹਨਾਂ ਕੋਲ ਧਾਰਮਿਕ ਖੁਦ ਮੁਖਤਿਆਰੀ ਹੈ ਉਹ ਤਾਂ ਰਹਿਣੀਓ ਨਹੀਂ ਬਿਲਕੁਲ ਜਦੋਂ ਤੁਹਾਡੇ ਕੋਲ ਰਾਜਨੀਤਿਕ ਸ਼ਕਤੀ ਦੇ ਥੱਲੇ ਧਰਮ ਆ ਗਿਆ ਜੀ ਅਤੇ ਉਹਨੇ ਕਿੱਥੋਂ ਰਹਿਣਾ ਜਿਹੜੀ ਧਾਰਮਿਕ ਜਿਹੜਾ ਇਹ ਸਭ ਤੋਂ ਵੱਡਾ ਕਾਰਨ ਹੈ ਕਿ ਸਿੱਖਾਂ ਨੇ ਆਪਣੀ ਨਾ ਉਹਨਾਂ ਕੋਲ ਐਜੂਕੇਸ਼ਨ ਹੈ ਇਸ ਟਾਈਮ ਇੱਧਰ ਧਿਆਨ ਨਹੀਂ ਕੀਤਾ ਅਤੇ ਇਹ 1947 ਤੋਂ ਬਾਅਦ ਮਤਲਬ ਜਿਹੜਾ ਸੀ ਪਤਨ ਹੋਇਆ ਸਿੱਖ ਰਾਜਨੀਤੀ ਦਾ ਉਹਦੇ ਕਾਰਨ ਕਰਕੇ ਇੱਕ ਇਹ ਗੱਲ ਹੈ ਦੂਜੀ ਗੱਲ ਅੱਜ ਦਾ ਜਿਹੜਾ ਪਿਛਲੇ 20 ਸਾਲਾਂ ਤੋਂ ਇੱਕ ਹਵਾ ਚੱਲੀ ਹੈ ਆਪਣੇ ਆਪ ਨੂੰ ਫੇਮਸ ਕਰਨ ਦੀ ਪ੍ਰਚਾਰਕਾਂ ਦੇ ਵਿੱਚ ਪਹਿਲਾਂ ਜਿਹੜੀ ਚੀਜ਼ ਸੀ ਪਹਿਲਾਂ ਆਪਣੇ ਆਪ ਜਿਵੇਂ ਕੋਈ ਫੇਮਸ ਹੁੰਦਾ ਸੀ ਤਾਂ ਉਹ ਹੋ ਜਾਂਦਾ ਸੀ ਬਿਲਕੁਲ ਜੀ ਲੋਕ ਪ੍ਰੋਪਗੈਂਡਾ ਨਹੀਂ ਸਨ ਕਰਦੇ ਬਿਲਕੁਲ ਹਾਂਜੀ ਹੁਣ ਕੀ ਬਿਮਾਰੀ ਪੈ ਗਈ ਹੁਣ ਪ੍ਰਚਾਰਕ ਹਰ ਇੱਕ ਹੀਲਾ ਵਰਤਦਾ ਹੈ ਕਿ ਉਹਨੂੰ ਭਾਵੇਂ ਚੋਰ ਮੋਰੀਆਂ ਦੇ ਰਾਹੀਂ ਕਿਵੇਂ ਦੀ ਚੀਜ਼ ਦੀ ਵਰਤੋਂ ਕਰਕੇ ਸਕਰੀਨ 'ਤੇ ਕਿਵੇਂ ਆਉਣਾ ਬਿਲਕੁਲ ਉਹਦਾ ਮਕਸਦ ਇਹ ਜੀ ਫੇਮਸ ਹੋਣਾ ਮਾੜਾ ਨਹੀਂ ਜਿੱਥੇ ਗੁਣ ਹੈ ਉਹ ਬੰਦਾ ਅੱਗੇ ਆਉਣਾ ਚਾਹੀਦਾ ਕੋਈ ਮਾੜੀ ਗੱਲ ਨਹੀਂ ਜਿਹਨੇ ਮਿਹਨਤ ਕੀਤੀ ਉਹਦਾ ਮੁੱਲ ਪੈਣਾ ਚਾਹੀਦਾ ਪਰ ਜਦੋਂ ਅਸੀਂ ਐਡੀ ਵੱਡੀ ਚੀਜ਼ ਨੂੰ ਜਿਹੜੀ ਧਰਮ ਤੋਂ ਪ੍ਰਾਪਤ ਹੋਈ ਸੀ ਉਹਨੂੰ ਅਸੀਂ ਮਤਲਬ ਰਾਜਨੀਤਿਕ ਲੋਕਾਂ ਦੀ ਓਟ ਦੇ ਨਾਲ ਉਹਦਾ ਉਹਨੂੰ ਪੌੜੀ ਬਣਾ ਕੇ ਚੜ੍ਹਨਾ ਚਾਹੁੰਦੇ ਹਾਂ ਉਹਦੇ ਵਿੱਚ ਇਹ ਕਾਰਨ ਸਾਰਾ ਬਣਿਆ ਅਤੇ ਅੱਜ ਕੱਲ੍ਹ ਦੇ ਜਿਹੜੇ ਸਮੇਂ ਜਿਹੜੇ ਪੁਰਾਣੇ ਤੁਸੀਂ ਕਹਿੰਦੇ ਵੀ ਟਕਸਾਲ ਸੀ ਜਾਂ ਸਾਰੀ ਜਥੇਬੰਦੀਆਂ ਸਨ ਉਹਨਾਂ ਵਿੱਚ ਲੋਕ ਜਿਹੜੇ ਨੇ ਸਿਆਣੇ ਹੁੰਦੇ ਸੀ ਜੀ
ਉਹ ਕਹਿੰਦੇ ਸੀ ਵੀ ਜੇ ਤੁਸੀਂ ਭਾਈ ਮਨਮੋਹਨ ਸਿੰਘ ਜੀ ਬੈਠੇ ਹੋ, ਤੁਸੀਂ ਕਾਲੀ ਪੱਗ ਬੰਨੀਏ, ਕੋਈ ਗੱਲ ਨਹੀਂ, ਮੈਂ ਆਪਣਾ ਨੀਲੀ ਬੰਨ ਲਈਏ, ਕੋਈ ਫਰਕ ਨਹੀਂ, ਇਹਦੇ ਨਾਲ ਕੋਈ ਨਹੀਂ ਫਰਕ ਪੈਂਦਾ। ਹੁਣ ਇਹ ਸੌ ਜਿਹੜੀ ਸੋਚ ਹੈ ਸੌੜੀ ਬਣ ਗਈ ਹੈ। ਜੇ ਮੈਂ ਤੁਹਾਨੂੰ ਆਪਣੀ ਗੱਲ ਦੱਸਣਾ, ਮੈਨੂੰ ਇੱਕ, ਕਿਉਂਕਿ ਮੈਨੂੰ ਤੁਸੀਂ ਸੁਣਿਆ, ਤੁਸੀਂ ਪਹਿਲਾਂ ਆਪੇ ਕਿਹਾ ਸੀ ਬਿਲਕੁਲ ਵੀ ਮੈਂ ਪੱਖ ਨਹੀਂ ਲੈਂਦਾ, ਜਿਹੜੀ ਗੱਲ ਗੁਰੂ ਗ੍ਰੰਥ ਸਾਹਿਬ ਵਿੱਚ ਦਸ ਪਾਤਸ਼ਾਹ ਨੇ ਕਹੀ, ਮੈਂ ਯਤਨ ਕਰਨਾ, ਮੈਂ ਦਾਅਵਾ ਨਹੀਂ ਕਰਦਾ ਮੈਂ ਪੂਰੀ ਕਰ ਦੇਣਾ, ਮੈਂ ਉਹਦਾ ਯਤਨ ਕਰਨਾ ਵੀ ਗੱਲ ਜਿਹੜੀ ਹੈ ਉਹਨੂੰ ਕਰਨਾ ਹੈ, ਭਾਵੇਂ ਮੈਨੂੰ ਹਮਾਇਤ ਮਿਲੇ ਜਾਂ ਨਾ ਮਿਲੇ। ਕਈ ਵਾਰੀ ਮੈਨੂੰ ਇਹੋ ਜਿਹੇ ਬੰਦੇ ਨੂੰ ਲੋਕ ਮੂਰਖ ਵੀ ਕਹਿੰਦੇ ਨੇ ਵੀ ਮੌਕਾ ਨਹੀਂ ਸੰਭਾਲਿਆ ਤੈਨੂੰ, ਸਮੇਂ ਨਾਲ ਨਹੀਂ ਚੱਲਦਾ, ਪਰ ਮੈਨੂੰ ਉਸ ਤਰ੍ਹਾਂ ਦੀ ਉਹ ਬੁੱਝੀ ਜਿਹੀ ਜ਼ਿੰਦਗੀ ਜਿਉਣ ਦਾ ਮੈਨੂੰ ਕੋਈ ਸਵਾਦ ਨਹੀਂ ਆਉਂਦਾ, ਬੰਦਾ ਖੁੱਲ੍ਹਾ ਦੇ ਰਿਹਾ ਆਨੰਦ ਨਾ ਰਹੇ। ਉਹ ਜਿਹੜਾ ਸੀ ਮੈਂ ਗੱਲ ਕਰ ਰਿਹਾ ਸੀ, ਖਿਆਲ 'ਚੋਂ ਨਿਕਲ ਗਈ ਬਈ, ਆਪਾਂ ਜਥੇਬੰਦੀਆਂ ਦੀ ਗੱਲ ਕਰਦੇ, ਜਥੇਬੰਦੀਆਂ ਉਹ ਪਹਿਲਾਂ ਮੈਂ ਆਪਣੀ ਗੱਲ ਕਰਨਾ ਤੁਹਾਨੂੰ ਕਿ ਮੈਂ ਇਸ ਤਰ੍ਹਾਂ ਪੱਗ ਬੰਨਣਾ, ਮੈਂ ਕਿਤੇ ਜਾਪ ਸਾਹਿਬ ਦੀ ਕਥਾ ਕਰ ਰਿਹਾ ਸੀ ਅੱਛੀ, ਅਤੇ ਉਹ ਮੇਰੀ ਟਕਸਾਲ ਦਾ ਸਿੰਘ ਮੈਨੂੰ ਬਾਅਦ ਵਿੱਚ ਮਿਲਿਆ ਘਰ ਬੁਲਾ ਕੇ, ਉਹ ਰੋਇਆ ਵੀ, ਕਹਿੰਦੇ ਮੈਂ ਬੜੀ ਵੱਡੀ ਗਲਤੀ ਕੀਤੀ ਟਕਸਾਲ ਦਾ ਸਿੰਘ। ਅੱਛੀ, ਮੈਂ ਕੀ ਗੱਲ ਬਣ ਗਈ? ਕਹਿੰਦੇ ਮੈਂ ਤੁਹਾਡੇ ਬਾਰੇ ਵੇਖ ਕੇ ਬੁਰਾ ਭਲਾ ਸੋਚਿਆ ਸੀ ਮਨ 'ਚ ਵੀ ਇਹ ਵੀ ਕੋਈ ਮਿਸ਼ਨਰੀ ਲੱਗਦਾ, ਇਹਨੇ ਤਰੱਕੀ ਕਰਨਾ ਹੈ, ਇਹਨੇ ਪੱਗ ਕਾਲੀ ਬੰਨੀ ਹੈ, ਅਤੇ ਮੈਂ ਵੀ ਤੂੰ ਨੀਲੀ ਆਪਣਾ ਭੇਜ ਦੇਣੀ ਸੀ ਚਿੱਟੇ ਰੰਗ ਦੀ, ਮੇਰੇ ਕੋਲ ਹੈ ਹੀ ਕਾਲੀ ਸੀ ਉਦੋਂ, ਨਹੀਂ ਸਹੀ ਇੰਨਾ ਮੇਰੇ ਕੋਲ, ਅਤੇ ਮੈਂ ਇੱਕ ਚਿੱਟੀ ਬੰਨ ਲੈਂਦਾ। ਅਤੇ ਉਹ ਕਹਿੰਦਾ ਮੈਂ ਕੀ ਹੋਇਆ? ਕਹਿੰਦਾ ਜਦੋਂ ਤੁਸੀਂ ਚੈਨਲ 'ਤੇ ਆਉਂਦੇ ਸੀ ਤਾਂ ਮੈਂ ਦਵਾ ਦਵ ਅੱਗੇ ਕੱਢ ਦਿੰਦਾ ਸੀ ਰਿਮੋਟ ਤੋਂ, ਅਤੇ ਮੈਂ ਫਿਰ ਕੀ ਹੋਇਆ? ਕਹਿੰਦੇ ਇੱਕ ਦਿਨ ਮੈਂ ਦੱਬਦਾ ਦੱਬਦਾ ਆਇਆ, ਜਦੋਂ ਚੈਨਲ 'ਤੇ ਤੁਹਾਡਾ ਆ ਗਿਆ ਅਤੇ ਰਿਮੋਟ ਖਰਾਬ ਹੋ ਗਿਆ, ਜਾਮ ਹੋ ਗਿਆ, ਰਿਮੋਟ ਜਾਮ ਹੀ ਲਿਆ, ਰਿਮੋਟ ਜਾਮ ਹੋ ਗਿਆ। ਮੈਂ ਬੜਾ ਜ਼ੋਰ ਲਾਇਆ ਅਤੇ ਮੇਰੇ ਉੱਠਦਿਆਂ ਉੱਠਦਿਆਂ ਨੂੰ, ਮੈਂ ਕਹਿੰਦਾ ਬੰਦ ਵੀ ਕਰਨ ਲੱਗਾ, ਮੇਰੇ ਉੱਠਦਿਆਂ ਨੂੰ ਇੱਕ ਕਹਿੰਦੇ ਗੱਲ ਹੋਈ ਕੋਈ, ਉਹ ਗੱਲ ਮੈਨੂੰ ਯਾਦ ਨਹੀਂ ਹੁਣ ਕਿਹੜੀ ਗਈ, ਕਹਿੰਦਾ ਮੈਂ ਕਿਹਾ ਤਾਂ ਗੱਲ ਬਹੁਤ ਵਧੀਆ ਹੈ ਜੀ, ਕਹਿੰਦਾ ਮੈਂ ਸੁਣਿਆ ਅਤੇ ਉਹ ਗੱਲਾਂ ਮੇਰੇ ਸਮ, ਮੈਂ ਕਿਹਾ ਤਾਂ ਗੱਲਾਂ ਹੀ ਸਾਰੀਆਂ ਵਧੀਆ ਜੀ। ਇਹ ਹਾਲ ਸਾਡੇ ਮਿਸ਼ਨਰੀ ਤਬਕੇ ਦਾ, ਬਿਲਕੁਲ, ਜੇ ਉਹਨਾਂ ਵੇਖ ਲਿਆ ਨਾ ਵੀ ਇਹ ਮੰਜੀ ਸਾਹਿਬ ਤੋਂ ਕਥਾ ਕਰਦਾ ਪਿਆ, ਇਹ ਤਾਂ ਜੀ ਵਿਕ ਗਿਆ, ਇਹ ਵਿਕ ਗਿਆ ਜੀ ਮੰਜੀ ਸਾਹਿਬ, ਇਹ ਤਾਂ ਹਰਿਮੰਦਰ ਸਾਹਿਬ ਇਹਨੂੰ ਸਰੂਪਾ ਮਿਲ ਗਿਆ, ਇਹ ਤਾਂ ਵਿਕ ਗਿਆ ਜੀ, ਜੇ ਉੱਥੇ ਬੰਗਲਾ ਸਾਹਿਬ ਹੁਣ ਕਿਤੇ ਨਾ ਕਿਤੇ ਸੱਚਾਈ ਵੀ ਹੈ ਵੇ। ਬਿਲਕੁਲ, ਮੈਂ ਤੁਹਾਨੂੰ ਬੇਨਤੀ ਕਰਨਾ ਵੀ ਗੁਰੂ ਸਾਹਿਬ ਦੇ ਚਰਨਾਂ 'ਤੇ ਮੱਥਾ ਰੱਖ ਕੇ ਮੈਂ ਇਹ ਗੱਲ ਕਹਿੰਦਾ, ਗੁਰੂ ਸਾਹਿਬ ਦੀ ਕਿਰਪਾ ਨਾਲ ਪਹਿਲੇ ਦਿਨ ਤੋਂ ਲੈ ਕੇ ਦੁਖ ਨਿਵਾਰਨ ਸਾਹਿਬ ਦੀ ਸਟੇਜ 'ਤੇ ਉਹਨਾਂ ਵੀ ਫੋਨ ਕਰਕੇ ਸੱਦਿਆ ਸੀ ਜੀ, ਮੰਜੀ ਸਾਹਿਬ ਵਾਲਿਆਂ ਨੇ ਫੋਨ ਕਰਕੇ ਸੱਦਿਆ, ਨਹੀਂ ਤਾਂ ਉੱਥੇ ਵੇਖ ਲਓ ਕਿੰਨੇ ਕਿੰਨੇ ਘੋਲ ਹੁੰਦੇ। ਬੰਗਲਾ ਸਾਹਿਬ ਵਾਲੇ ਪ੍ਰਬੰਧਕ ਅੱਜ, ਕਿਉਂਕਿ ਮੈਂ ਮੀਡੀਆ 'ਤੇ ਬੋਲ ਰਿਹਾ, ਮੈਂ ਕੋਈ ਉਹ ਗੱਲ ਬਣਾ ਕੇ ਨਹੀਂ, ਇਹ ਸਾਰੀ ਦੁਨੀਆ 'ਚ ਆਵਾਜ਼ ਜਾਣੀ ਹੈ, ਮੰਜੀ ਸਾਹਿਬ ਵਾਲੇ ਬੰਗਲਾ ਸਾਹਿਬ ਵਾਲੇ ਜਿਹੜੇ ਪ੍ਰਬੰਧਕ ਨੇ ਜੀ, ਮੈਨੂੰ ਨਹੀਂ ਪਤਾ ਉਹਨਾਂ ਦੀ ਪਾਰਟੀ ਦਾ ਵਿਸ਼ਾ ਵੱਖਰਾ ਹੋਵੇਗਾ, ਮੇਰਾ ਮਤਲਬ ਉਸ ਇੱਕ ਬੰਦੇ ਨਾਲ ਧਰਮ ਪ੍ਰਚਾਰ ਕਮੇਟੀ ਦਾ ਚੇਅਰਮੈਨ, ਠੀਕ ਹੈ, ਉਹਦੇ 'ਚ ਇਹ ਦਰਦ ਸੀ ਵੀ ਦਸਮ ਪਾਤਸ਼ਾਹ ਦੀ ਬਾਣੀ ਦਾ ਇਹਨਾਂ ਨੇ ਖਿਲਾਰਾ ਪਾਇਆ ਉੱਥੇ ਜੀ, ਬਿਲਕੁਲ, ਦੋ ਇੱਕ ਪੂਰੇ ਦੋ ਪਲਾਣ, ਅਤੇ ਉਵੇਂ ਦੇ ਉਦੋਂ ਪ੍ਰਬੰਧਕ ਸਨ ਜਿਨ੍ਹਾਂ ਨੂੰ ਨਾ ਦਸਮ ਦਾ ਪਤਾ ਹੈ ਨਾ ਉਹਨਾਂ ਨੂੰ ਗੁਰੂ ਗ੍ਰੰਥ ਦਾ, ਉਹਨਾਂ ਨੇ ਵੇਖਣਾ ਸੀ ਬਈ ਇਹਨਾਂ ਸਾਡੀ ਵਿਰੋਧੀ ਪਾਰਟੀ ਨੂੰ ਗਾਲਾਂ ਕੌਣ ਕੱਢਦਾ। ਬਿਲਕੁਲ, ਅਤੇ ਉਹ ਬੰਦੇ ਲੈ ਆਓ, ਉਹੀ ਲੈ ਆਓ, ਉਹਨਾਂ ਨੇ ਇਹ ਨਹੀਂ ਵੇਖਿਆ ਵੀ ਤੂੰ ਆਪਣੀ ਮਤਲਬ ਵੈਰ ਕੱਢਦਾ ਕੱਢਦਾ ਐਡੇ ਵੱਡੇ ਸਿਧਾਂਤ ਨੂੰ ਤੁਸੀਂ ਤੋੜੀ ਜਾਂਦੇ, ਬਿਲਕੁਲ, ਸਾਨੂੰ ਉਹਨਾਂ ਨੇ ਸੱਦਿਆ, ਠੀਕ ਹੈ, ਉੱਥੇ ਸੱਦਿਆ, ਮੈਂ ਕਿਹਾ ਵੀ ਗੱਲ ਹੈ ਵੀ ਅਸੀਂ ਗੱਲ, ਮੈਂ ਗੱਲ ਕਰਨੀ ਸਾਫ, ਜੇ ਕਿਤੇ ਨਾ ਕਿਤੇ ਮੈਂ ਆਪ ਵੀ ਵਿੱਚ ਆ ਕੇ ਮੈਂ ਆਪਣੇ ਆਪ ਨੂੰ ਵੀ ਕਰ ਦੇਣੀ ਹੈ ਜੀ, ਅਤੇ ਤੁਹਾਨੂੰ ਵੀ ਕੋਈ ਵੀ ਆ ਗਿਆ, ਠੀਕ ਹੈ, ਪਿਛਲੀ ਵਾਰੀ ਹੋਈ ਵੀ ਗੱਲ ਬਈ ਜਦੋਂ ਦਸ ਦਿਨ ਦੀ ਇਕੱਠੀ ਉਹਨਾਂ ਕਥਾ ਲਾਤੀ, ਹਾਂਜੀ, ਅਤੇ ਮੈਨੂੰ ਤਾਂ ਹੁਣ ਆਉਂਦੇ ਨਹੀਂ, ਮੈਂ ਫੋਨ ਰੱਖਦਾ ਨਹੀਂ ਜ਼ਿਆਦਾ ਨੇੜੇ, ਹਾਂਜੀ, ਉਹ ਇੰਨੇ ਦਿਨ ਕਥਾ ਕਿਵੇਂ ਲੱਗ ਜਾਂਦੀ ਜੀ, ਦਸ ਦਿਨ, ਇਹ ਤਾਂ ਬੜੀ ਵੱਡੀ ਮਿਲੀ ਭੁਗਤ ਹੈ। ਮੈਂ ਕਿਹਾ ਤੁਸੀਂ ਕਥਾ ਕਰਦੇ ਹੋ ਤੁਹਾਡੀ 20 ਦਿਨ ਲਵਾ ਦਿੰਦੇ ਉਹਨੂੰ ਬੇਨਤੀ ਕਰਕੇ, ਬਿਲਕੁਲ, ਕੋਈ ਗੱਲ ਤਾਂ ਕਰੋ, ਬਿਲਕੁਲ, ਮੈਂ ਕਿਹਾ ਵੀ ਇਹ ਉਹਨਾਂ ਨੂੰ ਪੁੱਛੋ ਬਈ ਉਹ ਕਿਉਂ ਲਾਉਂਦੇ ਨੇ, ਅਤੇ ਉਹਨਾਂ ਨੂੰ ਫਿਰ ਮੈਂ ਉੱਥੇ ਦਸਮ ਦੀ ਕਥਾ, ਅਸੀਂ ਦੂਰ ਬੈਠੇ ਜੀ ਬੇਸ ਤੋਂ, ਜਦੋਂ ਪਿੱਛੇ ਸਰਬੱਤ ਖਾਲਸਾ ਹੋਣਾ ਸੀਗਾ ਉਹਦੇ 'ਤੇ ਮਤਲਬ ਸਾਰਿਆਂ ਨੂੰ ਬੁਲਾਇਆ ਵੀ ਆਓ, ਭਾਵੇਂ ਉਹ ਸਰਬੱਤ ਖਾਲਸਾ ਵੀ ਹਾਈਜੈਕ ਹੋ ਗਿਆ ਜੋ ਵੀ ਹੈ, ਉਹ ਸਾਈਡ ਦਾ ਪੁਆਇੰਟ, ਇੱਕ ਧੜਾ ਕਹਿੰਦਾ ਵੀ ਜਿਹੜੇ ਮਰੇ ਸਾਧਾਂ ਦੀਆਂ ਬਰਸੀਆਂ ਬਣਾਉਂਦੇ ਜੇ ਉਹਨਾਂ ਨੇ ਜਾਣਾ ਫਿਰ ਨਹੀਂ ਅਸੀਂ ਜਾਣਾ। ਹਾਂਜੀ ਹਾਂਜੀ, ਹੁਣ ਮੈਂ ਉਹ ਗੱਲ ਨੂੰ ਸੁਣ ਕੇ ਮੈਨੂੰ ਲੱਗਦਾ ਵੀ ਐਂ ਤਾਂ ਕਿਤੇ ਇੱਕ ਹੋਣੇ ਹੀ ਨਹੀਂ। ਇਹ ਬੰਦੇ ਜੀ ਬਿਲਕੁਲ ਹੌਲੇ ਨੇ, ਇਹ ਕਦੀ ਕੁਝ ਕਹਿ ਦਿੰਦੇ ਨੇ ਮਤਲਬ
ਬਾਣੀ ਦੀ ਹੁਣ ਤਾਂ ਤੁਕਾਂ ਪਲਟੀ ਜਾਂਦੇ ਨੇ ਜੀ। ਬਿਲਕੁਲ ਮੇਰੀ ਆਪਣੀ ਵੀ ਸੋਚ, ਮੈਂ ਮਿਸ਼ਨਰੀ ਕਾਲਜਾਂ ਦੇ ਜਿਹੜੇ ਕਿਤਾਬ ਜੇ ਨੇ, ਮੈਂ ਗਿਆ ਨਹੀਂ ਕਿਸੇ ਕਾਲਜ 'ਚ, ਮੈਂ ਸਾਫ਼ ਕਹਿੰਦਾ ਮੈਂ ਕਿਸੇ ਕਾਲਜ 'ਚ ਨਹੀਂ ਗਿਆ। ਠੀਕ ਹੈ। ਮੈਂ ਇਹਨਾਂ ਦੇ ਕਿਤਾਬ ਜੇ ਪੜ੍ਹੇ ਹੋਏ ਸਨ, ਜਿਹੜੇ ਇਹਨਾਂ ਦੇ ਪਹਿਲੇ ਛਪੇ ਨੇ ਉਹਨਾਂ 'ਚ ਤਾਂ ਕੁਝ ਹੈ ਗੱਲਾਂ। ਠੀਕ ਹੈ। ਹੁਣ ਇਹ ਉਹਨੂੰ ਆਪਣੇ ਲਿਟਰੇਚਰ ਨੂੰ ਵੀ ਬਦਲ ਰਹੇ ਨੇ। ਬਿਲਕੁਲ ਬਦਲ ਕੇ ਬੋਲ ਰਹੇ ਨੇ ਜੀ। ਇਹ ਮਤਲਬ ਇਹਨਾਂ ਦਾ ਮਕਸਦ ਹੈ ਕਿ ਇੱਕ ਇਸ ਤਰ੍ਹਾਂ ਦੀ ਉਲਟ ਗੱਲ ਕਰੋ ਵੀ ਸਵੇਰ ਨੂੰ ਤੁਹਾਡੇ ਵੀਵਰ ਜਿਹੜੇ ਨੇ ਫੇਸਬੁੱਕ 'ਤੇ ਉਹ ਮਤਲਬ ਲੱਖ ਨੂੰ ਪਾਰ ਕਰ ਜਾਣ ਜੀ, ਇਹ ਭਾਵੇਂ ਤੁਹਾਨੂੰ ਕੋਈ ਗਾਲਾਂ ਕੱਢੇ ਜੋ ਮਰਜ਼ੀ ਕਰੇ, ਵੀ ਜਿੰਨੀ ਭੈੜੀ ਸ਼ਬਦਾਵਲੀ ਤੁਸੀਂ ਵਰਤੋਗੇ ਜੀ ਉਹਨਾਂ ਤੁਹਾਡਾ ਨਾਂ ਜਿਹੜਾ ਮਸ਼ਹੂਰ ਹੋਵੇਗਾ। ਆਹ ਚੀਜ਼ ਨੇ ਸਾਡੀ ਏਕਤਾ ਨੂੰ ਜਿਹੜਾ ਦੂਰ ਕੀਤਾ। ਬਾਕੀ ਏਕਤਾ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਜੀ, ਏਕਤਾ ਸਿਰਫ ਇੱਕ ਉੱਪਰਲੇ ਫਰੰਟ 'ਤੇ ਨਹੀਂ। ਠੀਕ ਹੈ। ਮੈਂ ਇਹਦੀ ਚਿੰਤਾ ਨਹੀਂ ਕਰਦਾ ਕਿਉਂਕਿ ਇਹ ਬੰਦੇ ਸਾਡੇ ਆਗੂ ਹੀ ਨਹੀਂ ਜਿਹੜੇ ਏਕਤਾ ਨਹੀਂ ਕਰਦੇ ਜੀ, ਇਹਨਾਂ ਨੂੰ ਤੁਸੀਂ ਆਗੂ ਮੰਨੇ ਹੀ ਨਾ ਕਰੋ। ਠੀਕ ਹੈ ਜੀ। ਸਿਰਫ ਉੱਪਰ ਵਾਲੇ ਫਰੰਟ 'ਤੇ ਏਕਤਾ ਨਹੀਂ, ਉਹ ਵੀ ਲੋਕਾਂ ਨੂੰ ਵਿਖਾਉਣ ਲਈ ਨਹੀਂ। ਜਦੋਂ ਇਹ ਇਕੱਠੇ ਹੁੰਦੇ ਨੇ ਉਦੋਂ ਇਕੱਠੀ ਰੋਟੀ ਖਾਂਦੇ ਨੇ। ਅੱਛਾ ਜੀ। ਹਾਂ, ਉਹ ਤਾਂ ਹੈ ਵੀ ਤੁਸੀਂ ਜੇ ਜਿੰਨਾ ਚਿਰ ਇੱਕ ਦੂਜੇ ਨੂੰ ਘੂਰਦੇ ਨਹੀਂ ਅਤੇ ਤੁਹਾਡਾ ਲੋਕੀ ਸੁਣਦੇ ਨੇ ਹੈਂ, ਕਿਉਂਕਿ ਗੱਲ ਤਾਂ ਕਰਨੀ, ਗੱਲ ਤਾਂ ਘੂਰਨਾ ਹੈ। ਹਾਂਜੀ। ਅਸੀਂ ਵੀ ਕਹਾਂਗੇ ਜੀ, ਮੈਂ ਇੱਥੇ ਬੰਦੇ ਵੇਖੇ ਤੁਹਾਡੇ ਸਰੀ 'ਚ, ਜਦੋਂ ਮੈਂ ਕਥਾ ਕਰਨਾ ਉਦੋਂ ਵੀ ਚਕਾਰਾ ਛੱਡ ਦਿੰਦੇ ਨੇ, ਜਦੋਂ ਉਹਦਾ ਵਿਰੋਧੀ ਕਥਾ ਕਰਦਾ ਉਦੋਂ ਛੱਡ ਦਿੰਦੇ, ਉਦੋਂ ਵੀ ਛੱਡਦੇ। ਮੈਂ ਉਹਨੂੰ ਸਮਝ ਨਹੀਂ ਆਉਂਦੀ ਜਿਹੜੀ ਏਕਤਾ ਹੈ ਜੀ। ਇੱਕ ਤੁਹਾਨੂੰ ਉਦਾਹਰਨ ਛੋਟੀ ਦੇ ਦੇਣਾ ਜੀ, ਜੇ ਤੁਸੀਂ ਏਕਤਾ ਵੇਖਣੀ ਸਰਬੱਤ ਖਾਲਸੇ ਦੀ ਸਟੇਜ 'ਤੇ ਜੋ ਮਰਜ਼ੀ ਹੋਇਆ ਜੀ ਉਹ ਸਾਰਿਆਂ ਨੂੰ ਪਤਾ ਹੈ, ਪਹਿਲਾਂ ਵੀ ਸਿੱਖਾਂ ਨੂੰ ਪਤਾ ਸੀ ਕੀ ਹੋਣਾ। ਹਾਂਜੀ। ਪਰ ਥੱਲੇ ਇਕੱਠੇ ਹੋਏ, ਪਤਾ ਨਹੀਂ ਮੈਂ ਝੂਠ ਨਾ ਬੋਲਦਿਆਂ ਵੀ 4 ਲੱਖ ਸੀ ਜਾਂ 5 ਸੀ ਜਾਂ ਕਿੰਨਾ ਸੀ, ਹਾਂਜੀ ਲੱਖਾਂ ਦੀ ਗਿਣਤੀ ਜਿਹੜੀ ਸੰਗਤ ਸੀ ਜੀ, ਉਹਨੇ ਇੱਕ ਵਾਰੀ ਦੱਸ ਦਿੱਤਾ ਵੀ ਤੁਸੀਂ ਜੋ ਮਰਜ਼ੀ ਕਰ ਲਿਆ, ਸਾਡੇ 'ਚ ਇੱਕ ਆ, ਅਸੀਂ ਅਜੇ ਇਕੱਠੇ ਹਾਂ। ਸਮਾਂ ਹੋ ਗਿਆ ਜੀ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਹੁਣੇ ਆਉਂਦੇ ਹਾਂ ਅਤੇ ਗੱਲਬਾਤ ਲੇਡੀ ਅੱਗੇ ਚਲਾਉਂਦੇ ਜੀ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਆਪ ਜੀ ਦਾ ਸਵਾਗਤ ਹੈ ਜੀ। ਪ੍ਰੋਗਰਾਮ ਆਪਣੇ ਆਖਰੀ ਪੜਾਅ ਦੇ ਵਿੱਚ ਆ। ਹੁਣ ਅਸੀਂ ਜਾਂਦੇ ਜਾਂਦੇ ਚਾਹੁੰਦੇ ਛੇਤੀ ਛੇਤੀ ਕਈ ਗੱਲਾਂ ਪੁੱਛਣ ਵਾਲੀਆਂ ਭਾਈ ਸਾਹਿਬ ਉਹਨਾਂ ਨੂੰ। ਭਾਈ ਸਾਹਿਬ ਜੀ, ਇੱਕ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸੋ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਕਥਾ ਆਪ ਜੀ ਨੇ ਸ਼ੁਰੂ ਕੀਤੀ ਸੀਗੀ, ਵੀਡੀਓ ਅਤੇ ਆਡੀਓ ਦੋਨੇ ਹੈਗੇ, ਹਾਂਜੀ, ਤਾਂ ਉਹ ਹੁਣ ਕਿੱਥੇ ਕੁ ਪ੍ਰੋਜੈਕਟ ਹੈਗਾ ਜੀ, ਕਿੱਥੇ ਤੱਕ ਚੱਲਦੀ? ਇਹ ਹੁਣ 400 ਘੰਟੇ 400 ਅੰਗ। ਅੱਛਾ। ਜਿਵੇਂ ਗੁਰੂ ਗ੍ਰੰਥ ਸਾਹਿਬ ਦੇ 1430 ਨੇ, ਹਾਂਜੀ 400 'ਤੇ ਅਸੀਂ ਚਲੇ ਗਏ ਹਾਂ। ਠੀਕ ਹੈ ਜੀ। ਅਤੇ ਇਹਦੀ ਮੈਂ ਥੋੜ੍ਹੀ ਜਿਹੀ ਬੈਕ 'ਤੇ ਜਾਣਾ ਚਾਹੁੰਦਾ। ਸ਼ੋਰ ਜੀ। ਜਿਵੇਂ ਮੈਂ 2010 ਵਿੱਚ ਦੁਖ ਨਿਵਾਰਨ ਸਾਹਿਬ 5 ਸਾਲ ਡਿਊਟੀ ਤੋਂ ਬਾਅਦ ਅੱਛਾ ਇਹ ਡਿਊਟੀ ਛੱਡਤੀ ਸੀ। ਅੱਛਾ। ਮੈਂ ਫਰੀ ਹੋ ਗਿਆ ਸੀ। ਠੀਕ ਹੈ। ਅਤੇ ਉਦੋਂ ਮੈਂ ਆਪਣੇ ਸੁਭਾਅ ਦੇ ਮੁਤਾਬਕ ਇਹਨੂੰ ਮੈਂ ਸੀਮਿਤ ਕਰ ਦੇਣਾ ਚਾਹੁੰਦਾ ਸੀ, ਮੈਂ ਪਿੰਡ ਵੀ ਆ ਗਿਆ ਸੀ। ਠੀਕ ਹੈ। ਮੇਰਾ ਸੁਭਾਅ ਇਕੱਲੇ ਰਹਿਣ ਦਾ। ਠੀਕ ਹੈ ਜੀ। ਅਤੇ ਇਹ ਮੈਨੂੰ ਖਲਜਗਨ ਜਿਹਾ ਲੱਗਾ ਥੋੜ੍ਹੀਆਂ, ਜਦੋਂ ਮੈਂ ਵਿੱਚੋਂ ਗੱਲਾਂ ਵੇਖੀਆਂ ਮੈਂ ਵੀ ਇਹਨਾਂ ਦੇ ਵਿੱਚ ਤਾਂ ਉਹ ਗੱਲਾਂ ਹੈ ਨਹੀਂ, ਮਤਲਬ ਜਿਹੜੀਆਂ ਅਖਬਾਰਾਂ 'ਚ ਆਉਂਦੀਆਂ ਨੇ ਜਾਂ ਕੁਝ ਜੀ, ਪਰ ਮੈਂ ਉਹਨੂੰ ਫੋਲਣਾ ਨਾ ਚਾਹਿਆ ਵੀ ਇਹ ਜਿੰਨਾ ਕੁ ਚੱਲਦਾ ਹੈ ਤਾਂ ਚੱਲੇ ਇਹਨੂੰ ਹੀ, ਪਰ ਜਿਹੜੇ ਸਿੰਘ ਮੇਰੇ ਜਿਵੇਂ ਹੁਣ ਤੁਸੀਂ ਪ੍ਰੇਮ ਕਰਦੇ ਹੋ ਇਸ ਤਰ੍ਹਾਂ ਦੇ, ਪੰਜਾਬ ਵਿੱਚ ਜਾਂ ਬਾਹਰ ਵੀ ਵੱਡੀ ਗਿਣਤੀ 'ਚ ਇਸ ਤਰ੍ਹਾਂ ਦੇ ਸਿੰਘ ਨੇ, ਠੀਕ ਹੈ, ਉਹਨਾਂ ਨੇ ਮੈਨੂੰ ਫਿਰ ਇਕੱਠੇ ਹੋ ਕੇ ਇੱਧਰ ਮਜਬੂਰ ਕੀਤਾ ਅਤੇ ਮੈਂ ਕਿਹਾ ਵੀ ਮੈਂ ਡਿਊਟੀ ਨਹੀਂ ਕਰ ਸਕਦਾ ਜੀ, ਕਿਉਂਕਿ ਮੈਂ ਖੁੱਲ੍ਹ ਕੇ ਬੋਲਾਂਗਾ, ਫਿਰ ਉਦੋਂ ਬਾਅਦ 2 ਮਹੀਨਿਆਂ ਬਾਅਦ ਉੱਥੋਂ ਆਵਾਂਗਾ, ਉਹਦੇ ਨਾਲੋਂ ਹੋਣੀ ਚੰਗਾ। ਬਿਲਕੁਲ। ਉਹ ਕਹਿੰਦੇ ਵੀ ਤੁਸੀਂ ਰਿਕਾਰਡਿੰਗ ਕਰੋ। ਠੀਕ ਹੈ। ਮੈਂ ਰਿਕਾਰਡਿੰਗ ਮੈਂ ਕਿਵੇਂ ਕਰਾਂਗਾ, ਇੱਕ ਰਿਕਾਰਡਿੰਗ ਕਰੋ ਤਾਂ 10,000 ਰੁਪਇਆ ਇੱਕ ਘੰਟਾ ਲੈਂਦੇ ਨੇ। ਬਿਲਕੁਲ। ਉਹ ਕਹਿੰਦੇ ਵੀ ਉਹ ਅਸੀਂ ਕਰਾਂਗੇ। ਠੀਕ। ਉਹ ਫਿਰ 2011 ਵਿੱਚ ਇੱਕ ਜਥੇਬੰਦੀ ਹੋਣ ਦੀ ਚਾਹੀਦੀ ਸਾਡੀ, ਮਿਸ਼ਨ ਪੈਗਾਮ ਸ਼ਬਦ ਗੁਰੂ। ਬਿਲਕੁਲ ਜੀ। ਅਤੇ ਉਹਦਾ ਬਾਈ ਟਰੱਸਟ ਹੈ ਹੁਣ, ਰਜਿਸਟਰਡ ਹੈ। ਠੀਕ ਹੈ। ਅਤੇ ਉਹ ਚੱਲੀ 5 ਸਾਲ ਤੱਕ। 5 ਸਾਲ ਤੱਕ ਉਹਨਾਂ ਨੇ ਲਗਾਤਾਰ ਇਹ ਸਾਰੀਆਂ ਬਾਣੀਆਂ ਦੀ ਰਿਕਾਰਡਿੰਗ ਕੀਤੀ ਹੈ। ਠੀਕ ਹੈ। ਚੱਲਦੀ ਰਿਕਾਰਡਿੰਗ ਹੋ ਗਈ। ਹੁਣ ਫਿਰ ਸੰਗਤ ਵੱਲੋਂ ਇਹ ਹੁਕਮ ਹੋਇਆ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਲੜੀਵਾਰ ਕਥਾ ਜਿਹੜੀ ਕਰੋ। ਠੀਕ ਹੈ। ਉਹ ਫਿਰ ਅਸੀਂ ਕਿਹਾ ਵੀ ਹੁਣ ਗੁਰਦੁਆਰੇ ਵਿੱਚ ਜੇ ਅਸੀਂ ਲੜੀਵਾਰ ਕਰਨੇ ਆ, ਪਹਿਲੀ ਗੱਲ ਮੇਰਾ ਟਾਈਮ ਲਗਾਤਾਰ ਨਹੀਂ ਹੁੰਦਾ। ਫਿਰ ਜਿਹੜੇ ਗੁਰਦੁਆਰੇ, ਜਿਵੇਂ ਮੈਂ ਜੋਧੀ ਟਕਸਾਲ ਬਹੁਤੀਆਂ ਰਿਕਾਰਡਿੰਗਾਂ ਕਥਾ ਕੀਤੀਆਂ, ਕਿਉਂਕਿ ਸਾਡਾ ਸਥਾਨ ਆਪਣਾ। ਠੀਕ ਹੈ ਜੀ। ਅਤੇ ਉੱਥੇ ਸਾਡਾ ਸਨੇਹ ਪਿਆਰ ਸ਼ੁਰੂ ਤੋਂ, ਉੱਥੋਂ ਹੀ ਬਾਬਾ ਸੁੱਚਾ ਸਿੰਘ ਦਾ ਸਥਾਨ ਹੈ। ਅਤੇ ਉੱਥੇ ਮੈਂ ਕੀਤੀਆਂ। ਫਿਰ ਅਸੀਂ ਸਾਰਿਆਂ ਨੇ ਕਿਹਾ ਵੀ, ਸੰਗਤ ਨੇ ਕਿਹਾ ਵੀ ਤੁਸੀਂ ਕੋਈ ਨਾ ਕੋਈ ਛੋਟਾ ਜਿਹਾ ਸਟੂਡੀਓ ਬਣਾਓ।
ਠੀਕ ਹੈ, ਜਿਹਦੇ ਜਦੋਂ ਮਰਜ਼ੀ ਇਸ ਤਰ੍ਹਾਂ ਜਿਵੇਂ ਹੁਣ ਤੁਸੀਂ ਕੈਮਰੇ ਲਾਏ ਨੇ, ਬਿਲਕੁਲ ਜੀ, ਉਹ ਫਿਰ ਸ਼ਾਇਦ ਤੁਸੀਂ ਗਏ ਹੋ, ਹਾਂਜੀ ਲੁਧਿਆਣੇ ਮੈਂ, ਤੁਸੀਂ ਉਸ ਦਫ਼ਤਰ ਗਏ ਕਿ ਨਹੀਂ? ਹਾਂਜੀ ਗਏ ਵੇਖ ਕੇ ਆਏ ਹੋਗੇ। ਉਹ ਅਸੀਂ ਇੱਥੇ ਜਿੱਥੇ ਜੋਧੀ ਟਕਸਾਲ ਦਾ ਮੇਨ ਗੇਟ ਹੈ ਉਹਦੇ ਸਾਹਮਣੇ, ਬਿਲਕੁਲ ਉੱਥੇ ਫਿਰ ਸੰਗਤ ਨੇ ਕਿਹਾ ਵੀ ਤੁਸੀਂ ਬਣਾਓ। ਉਹ ਤਿੰਨ ਮੰਜ਼ਿਲਾ ਬਣਿਆ ਹੋਇਆ, ਠੀਕ ਹੈ, ਹਾਂਜੀ, ਥੱਲੇ ਦਫ਼ਤਰ ਹੈ, ਐਡੀਟਿੰਗ ਰੂਮ ਹੈ ਅਤੇ ਮੀਟਿੰਗ ਰੂਮ ਹੈ, ਜਿਹੜੇ ਸਿੰਘ ਆਉਂਦੇ ਨੇ ਉੱਥੇ ਮਿਲਦੇ ਨੇ, ਜਿਵੇਂ ਮੈਂ ਹੁਣ ਨਹੀਂ ਵੀ, ਹਾਂਜੀ, ਉੱਥੇ ਚਾਰ ਸਿੰਘ ਲਗਾਤਾਰ ਪੇਡ ਨੇ, ਜਿਵੇਂ ਉਹ ਕੰਮ ਕਰਦੇ ਪੇਡ, ਉਹ ਤਨਖਾਹ 'ਤੇ ਹੁਣ ਚੱਲਦੇ ਨੇ, ਅਤੇ ਇੱਕ ਤਾਂ ਐਡੀਟਿੰਗ ਦਾ, ਦੋ ਐਡੀਟਿੰਗ ਦਾ ਕੰਮ ਕਰਦੇ ਨੇ ਜੀ, ਇੱਕ ਉੱਪਰਲੀ ਤੀਜੀ ਮੰਜ਼ਿਲ 'ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਬੜਾ ਸੋਹਣਾ ਦਰਬਾਰ ਬਣਿਆ, ਮੈਂ ਦਰਸ਼ਨ ਕੀਤੇ, ਤੁਸੀਂ ਦਰਸ਼ਨ ਕੀਤੇ, ਅਤੇ ਕੈਮਰੇ ਉੱਥੇ ਪੱਕੇ ਲਾਏ ਹੋਏ ਨੇ, ਅਤੇ ਹੁਣ ਜਦੋਂ ਮੈਂ ਜਿਵੇਂ ਇੱਥੋਂ ਜਾਣਾ ਹੈ, ਹਾਂਜੀ, ਸਗੋਂ ਪਿਛਲੇ ਮਤਲਬ ਡੇਢ ਸਾਲ ਤੋਂ ਲੈ ਕੇ ਉਹ ਪ੍ਰੋਗਰਾਮ ਵੀ, ਪੰਜਾਬ ਦੇ ਸਿੰਘ ਵੀ ਨਾਰਾਜ਼ ਹੁੰਦੇ ਵੀ ਤੁਸੀਂ ਪ੍ਰੋਗਰਾਮ ਨਹੀਂ ਕਰਦੇ, ਪਰ ਹੁਣ ਪ੍ਰੋਗਰਾਮ ਕਿਵੇਂ ਕਰੀਏ? ਉੱਧਰੋਂ ਤਾਂ ਉਹ ਜਦੋਂ ਮੈਂ ਇੱਥੋਂ ਜਾਣਾ, ਜਾਂਦਿਆਂ ਨੂੰ ਕਥਾ ਦੀ ਰਿਕਾਰਡਿੰਗ ਦੀ ਤਿਆਰੀ ਹੋਈ ਹੁੰਦੀ, ਉਹ ਕਰੋ, ਹਾਂਜੀ, ਅਤੇ ਉਹ ਅਸੀਂ ਫਿਰ ਸੰਗਤ ਦੇ ਹੁਕਮ ਨਾਲ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਕਥਾ ਸ਼ੁਰੂ ਕੀਤੀ ਸੀ, ਠੀਕ ਹੈ, ਉਹ 400 ਅੰਗ 'ਤੇ ਹੁਣ ਜਿਹੜੀ ਹੈ, ਠੀਕ ਹੈ, ਜਾ ਚੁੱਕੀ ਹੈ, ਠੀਕ ਹੈ, ਅਤੇ ਅੱਗੋਂ ਮਹਾਰਾਜ ਜਿਵੇਂ ਹੁਣ ਸਮਾਂ ਆਏਗਾ ਤਾਂ ਕਰਾਉਂਦੇ ਰਹਿਣਗੇ। ਹੋਰ ਕਿਹੜੇ ਪ੍ਰੋਜੈਕਟ ਨੇ? ਹੋਰ ਸਾਡੇ ਜਿਹੜੇ ਪ੍ਰੋਜੈਕਟ ਨੇ ਮੇਨ ਤੌਰ 'ਤੇ ਦੋ ਨੇ, ਇੱਕ ਤਾਂ ਸਾਡਾ ਇਹ ਵੀ ਅਸੀਂ ਵੇਖਿਆ ਵੀ ਜਿਹੜੇ ਸੈਮੀਨਾਰ ਨੇ, ਵਿਚਾਰ ਗੋਸ਼ਟੀਆਂ, ਉਹਨਾਂ ਨੇ ਬਹੁਤ ਅਸਰ ਪਾਇਆ, ਠੀਕ ਹੈ ਜੀ, ਅਸੀਂ ਘੱਟੋ ਘੱਟ 12 ਕੁ ਸੈਮੀਨਾਰ ਕਰ ਚੁੱਕੇ ਹਾਂ। ਅੱਛਾ, ਜਿਹੜੇ 3 ਘੰਟਿਆਂ ਦੇ ਹੁੰਦੇ ਨੇ, ਪਹਿਲਾਂ ਇੱਕ ਵਿਸ਼ੇ 'ਤੇ ਮੈਂ ਘੰਟਾ ਬੋਲਣਾ, ਠੀਕ ਹੈ, ਫਿਰ ਮੇਨ ਤੁਹਾਡੇ ਵਰਗੇ ਸੁਲਝੇ ਸਿੰਘ ਹੁੰਦੇ ਬਹੁਤੇ, 250-300-400 ਉੱਥੇ, ਉਹਦੀ ਬਕਾਇਦਾ ਰਿਕਾਰਡਿੰਗ ਹੁੰਦੀ ਹੈ, ਠੀਕ ਹੈ, ਉਹ ਫਿਰ ਬਾਕੀ ਦੇ 2 ਘੰਟੇ ਉਹ ਸਵਾਲ ਕਰਦੇ ਨੇ, ਠੀਕ ਹੈ ਜੀ, ਉਹ ਸਵਾਲਾਂ ਦੇ ਜਵਾਬ ਦਿੱਤੇ ਜਾਂਦੇ ਨੇ, ਠੀਕ ਹੈ, ਬਾਅਦ ਵਿੱਚ ਉਹ ਸਾਰੇ ਨੈੱਟ 'ਤੇ ਆ ਜਾਂਦੇ ਨੇ, ਉਹਨਾਂ ਜੇ ਉਹ ਸਾਨੂੰ ਤਾਂ ਪਤਾ ਲੱਗਾ ਵੀ ਸੰਗਤ ਨੇ ਬਹੁਤ ਪਸੰਦ ਕੀਤਾ, ਕਿਉਂਕਿ ਉਹਦੇ ਸਭ ਤੋਂ ਜ਼ਿਆਦਾ ਸਾਨੂੰ ਮੰਗ ਆ ਰਹੀ ਵੀ ਉਹ ਦਿਓ। ਅੱਛਾ, ਠੀਕ ਹੈ, ਤਾਂ ਉਹ ਸੈਮੀਨਾਰ ਕਰਨੇ ਆ। ਇੱਕ ਪਿੱਛੇ ਜੀ ਹੁਣ ਜਦੋਂ ਇਹ ਚੱਲਿਆ ਵੀ ਇਹ ਜਿਹੜੀ ਦੁਬਧਾ ਪਾਈ ਕੌਮ ਦੇ ਵਿੱਚ, ਬਈ ਕਦੀ ਹਰਿਮੰਦਰ ਸਾਹਿਬ ਨੂੰ, ਸਰੋਵਰ ਨੂੰ ਗੱਲਾਂ ਕਰ ਦੇਣੀਆਂ, ਕਦੀ ਭੋਰਾ ਸਾਹਿਬ ਨੂੰ, ਕਦੀ ਕੁਝ, ਵੀ ਇਹਦਾ ਕੀ ਕਰੀਏ ਜੀ? ਅਸੀਂ ਫਿਰ ਇਕੱਠ ਕੀਤਾ ਸੀ 2016 ਦੇ 29 ਦਸੰਬਰ ਨੂੰ ਸਾਰੇ ਪੰਜਾਬ 'ਚ ਸਿੰਘਾਂ ਦਾ, ਠੀਕ ਹੈ, ਉਦੋਂ ਫਿਰ ਇਹ ਗੱਲ ਉੱਭਰ ਕੇ ਸਾਹਮਣੇ ਆਈ ਵੀ ਸਾਡੇ ਕੋਲ ਕੋਈ ਵਧੀਆ ਸਿਲੇਬਸ ਨਹੀਂ, ਸੰਸਥਾਵਾਂ ਅਤੇ ਵਿਦਿਆਲੇ ਬਹੁਤ ਨੇ, ਸੰਥਿਆ ਬਹੁਤ ਹੋ ਰਹੀ ਜੀ, ਅਤੇ ਸਾਡੇ ਕੋਲ ਕੋਈ ਸਿਲੇਬਸ ਨਹੀਂ, ਅਤੇ ਮੈਨੂੰ ਹੁਕਮ ਕੀਤਾ ਸਾਰਿਆਂ ਵੀ ਸਿਲੇਬਸ ਲਿਖ, ਅਤੇ ਮੈਂ ਕਿਹਾ ਮੈਨੂੰ ਪਤਾ ਸੀ ਵੀ ਇਹ ਕਿੱਡਾ ਵੱਡਾ ਕੰਮ ਹੈ, ਵੀ ਸਾਲਾਂ ਬੱਧੀ ਇੱਕ ਥਾਂ 'ਤੇ ਰਹਿ ਕੇ ਕਰਨ ਵਾਲਾ ਕੰਮ, ਬਿਲਕੁਲ, ਪਰ ਮੈਨੂੰ ਇੰਨਾ ਪ੍ਰੈਸ਼ਰ ਪਾਇਆ ਗਿਆ ਅਤੇ ਮੇਰੇ 'ਤੇ ਆਪਣੇ ਮਾਣੇ 'ਚ ਵੀ ਇੱਛਾ ਸੀ ਵੀ ਇਹ ਭਾਵੇਂ ਜਲਦੀ ਕਰਨ ਵਾਲਾ ਕੰਮ ਹੈ, ਭਾਵੇਂ ਇਹ ਥੋੜ੍ਹਾ ਜਿਹਾ ਢਿੱਲਾ ਵੀ ਹੋ ਜਾਏ, ਫਿਰ ਇਹਨੂੰ ਸੋਧ ਲਾਂਗੇ, ਠੀਕ ਹੈ, ਪਰ ਇਹਦੀ ਇੱਕ ਵਾਰ ਸ਼ੁਰੂ ਕਰਨੀ ਇਸ ਟਾਈਮ 'ਤੇ ਬੜੀ ਵੱਡੀ ਲੋੜ ਹੈ, ਨਹੀਂ ਤਾਂ ਇਹ ਖਲਾਰਾ ਬਹੁਤ ਪੈਂਦਾ ਜਾਂਦਾ। ਉਹ ਫਿਰ ਅਸੀਂ 2016 ਤਾਂ ਖਤਮ ਹੀ ਹੋ ਗਿਆ ਸੀ, 2017 ਦੀ ਜਨਵਰੀ ਲਾ ਲਓ, ਠੀਕ ਹੈ, ਫਿਰ ਜਨਵਰੀ ਤੋਂ ਲੈ ਕੇ ਅਸੀਂ 9 ਮਹੀਨੇ ਤੱਕ ਲਗਾਤਾਰ, ਉਹ 4 ਸਿੰਘ ਮੇਰੇ ਨਾਲ ਸਨ, ਅਤੇ ਮੈਂ ਪ੍ਰੋਗਰਾਮ ਵੀ ਫਿਰ ਉਦੋਂ ਬੰਦ ਕੀਤੇ ਅਤੇ ਬਾਹਰ ਦੇ ਵੀ ਉਦੋਂ ਬੰਦ ਕੀਤੇ ਰੱਖੇ ਨੇ, ਠੀਕ ਹੈ, ਸਾਰੇ ਕਰਕੇ ਉਹ ਹੁਣ ਸਾਡੇ ਕੋਲ 5 ਕਿਤਾਬਾਂ ਆ ਗਈਆਂ ਨੇ। ਅੱਛਾ, ਉਹ ਕਿਤਾਬਾਂ ਅਸੀਂ 1 ਅਪ੍ਰੈਲ ਨੂੰ ਪੰਜਾਬੀ ਭਵਨ ਲੁਧਿਆਣੇ ਇੱਕ ਸਮਾਗਮ ਹੋਣਾ, ਸੈਮੀਨਾਰ, ਉਹਦੇ 'ਚ ਰਿਲੀਜ਼ ਕਰ ਦੇਣੀਆਂ ਨੇ, ਠੀਕ ਹੈ, ਅਤੇ ਉਹਦੇ ਫਾਰਮ ਭਰੇ ਨੇ, ਠੀਕ, ਜਿਨ੍ਹਾਂ ਜਿਨ੍ਹਾਂ ਨੇ ਫਾਰਮ ਭਰੇ ਨੇ ਪਿੰਡਾਂ 'ਚੋਂ ਜੀ, ਉਹਨਾਂ ਨੇ ਉਹ ਅਸੀਂ ਪੂਰਾ ਬੈਗ ਬਣਾਇਆ ਜਿਵੇਂ ਵਿਦਿਆਰਥੀ ਹੁੰਦਾ, ਬੈਗ ਬਣਾ ਕੇ ਉਹਦੇ ਵਿੱਚ ਅਸੀਂ ਉਹ 5 ਕਿਤਾਬਾਂ, ਠੀਕ ਹੈ, ਅਤੇ ਦੂਜੀ ਗੱਲ ਇਹ ਹੈ ਉਹ ਜਿਹੜਾ ਲਿਖਿਆ ਉਹ ਅਸੀਂ ਫਿਲਮਾਇਆ ਵੀ ਹੋਇਆ। ਅੱਛਾ, ਮੈਂ ਬੋਲਿਆ ਨਾਲੋ ਨਾਲ ਸਕਰੀਨ ਦੇ ਉੱਤੇ ਲਿਖਿਆ ਆ ਰਿਹਾ, ਠੀਕ ਹੈ, ਜਿਵੇਂ ਕਲਾਸ ਲਾਈ ਹੁੰਦੀ, ਕਲਾਸ ਲਾਈ ਹੁੰਦੀ, ਠੀਕ ਹੈ, ਕਿਉਂਕਿ ਆਮ ਪ੍ਰੋਬਲਮ ਹੁੰਦੀ ਹੈ ਕਿਤਾਬ ਘਰ ਚਲੀ ਜਾਂਦੀ ਹੈ, ਕਿਤਾਬ ਨੂੰ ਪੜ੍ਹਾਉਣ ਵਾਲਾ ਨਹੀਂ ਹੁੰਦਾ, ਬਿਲਕੁਲ, ਉਹਦੇ 'ਚ ਉਹ ਹੱਲ ਕੀਤਾ ਜੀ ਕਿ ਜਿਹੜੀ ਮੈਂ ਕਲਾਸ ਲਾ ਰਿਹਾ ਉਹ ਉੱਧਰੋਂ ਕੈਮਰੇ 'ਤੇ ਸ਼ੂਟ ਕੀਤੀ, ਠੀਕ ਹੈ, ਹੁਣ ਉਹ 1 ਪੈਨ ਡਰਾਈਵ ਅਤੇ 5 ਕਿਤਾਬਾਂ ਇੱਕ ਵਿਦਿਆਰਥੀ ਨੂੰ ਦਿੱਤੀਆਂ ਜਾਣਗੀਆਂ, ਠੀਕ ਹੈ, ਭਾਵੇਂ ਇੱਕ ਪਿੰਡ 'ਚ 2 ਵਿਦਿਆਰਥੀ ਲੈ ਜਾਣ, 4 ਬੰਦੇ ਲੈ ਜਾਣ, ਹਾਂਜੀ, 2 ਸੈੱਟ ਲੈ ਜਾਣ, ਠੀਕ ਹੈ, ਲਿਜਾ ਕੇ ਉਹਦਾ ਹਿੱਸੇ ਵੰਡੇ ਹੋਏ ਨੇ, ਠੀਕ ਹੈ, ਬਈ 3 ਸਾਲਾਂ ਦੇ ਵਿੱਚ ਹਰ ਇੱਕ ਐਤਵਾਰ ਸਿਰਫ ਉਹ 2 ਘੰਟੇ ਲਾਉਣੀ ਹੈ। ਅੱਛਾ, ਬਾਕੀ ਆਪਣਾ ਕੰਮ ਕਰੋ, ਠੀਕ ਹੈ, ਆਪਣੇ ਘਰ ਰੱਖੀਏ, ਐਤਵਾਰ ਆ ਗਿਆ ਆਪਣਾ ਕੁੰਡੀ ਬੰਦ ਕਰੋ, ਸਕਰੀਨ 'ਤੇ ਪੈਨ ਡਰਾਈਵ ਲਾ ਲਓ, ਠੀਕ ਹੈ, ਅਤੇ 2 ਘੰਟੇ ਦਾ ਪੂਰਾ ਸਿਲੇਬਸ ਹੈ ਉਹਦੇ 'ਚ, ਠੀਕ ਹੈ, ਇਹ ਪਹਿਲੇ ਐਤਵਾਰ ਹੋਏਗਾ ਥੋੜ੍ਹੇ ਜਿਹੇ ਬੱਚਿਆਂ ਲਈ ਹੈ, ਸੌਖੀ ਜਿਵੇਂ ਸਰਲ ਅਰਥ ਨੇ ਗੁਰਬਾਣੀ ਦੇ ਅਰਥ, ਅਤੇ ਗੁਰਬਾਣੀ ਕੰਠ ਕਿਵੇਂ ਕਰਨੀ ਹੈ, ਯਾਦ ਕਿਵੇਂ ਕਰਨੀ ਹੈ, ਅਤੇ 5 ਬਾਣੀਆਂ ਨਿਤਨੇਮ ਨੂੰ ਯਾਦ ਕਿਵੇਂ ਕਰਨਾ, ਠੀਕ ਹੈ, ਅਤੇ ਖਾਲੀ ਥਾਵਾਂ ਨੇ,
ਠੀਕ ਹੈ, ਖਾਲੀ ਥਾਵਾਂ ਭਰੋ, ਬੱਚਿਆਂ ਵਾਲ ਵਾਲਾ ਕੰਮ ਹੈ, ਠੀਕ ਹੈ ਜੀ, ਪਹਿਲੇ ਐਤਵਾਰ ਹੋਏਗਾ, ਠੀਕ ਹੈ ਜੀ, ਦੂਜੇ ਐਤਵਾਰ ਉਹਦੇ ਵਿੱਚ ਹੋਏਗਾ ਜੀ ਉਹ ਗੁਰਸਾਖੀ ਹੈ, ਜਿਹਦੇ ਵਿੱਚ ਅਸੀਂ ਇਤਿਹਾਸ ਦੀਆਂ ਘਟਨਾਵਾਂ ਨੂੰ ਫਿਲਾਸਫੀ ਦੇ ਰੂਪ ਵਿੱਚ ਬੋਲਿਆ ਵੀ ਅਤੇ ਫਿਲਮਾਇਆ ਵੀ, ਠੀਕ ਹੈ। ਤੀਜੇ ਦੇ ਵੇ ਜਿਹੜਾ ਗੁਰਮੁਖ ਗੁਰਬਾਣੀ ਉਪਦੇਸ਼, ਉਹਦੇ ਵਿੱਚ ਜਿਹੜੇ ਹੁਣ ਅਸੀਂ ਵੱਡੇ ਵਿਸ਼ੇ ਬੋਲਦੇ ਹਾਂ, ਕਿਉਂਕਿ ਕਈ ਸਿੰਘ ਕਹਿੰਦੇ ਵੀ ਇਹ ਤਾਂ ਅਸੀਂ ਪੜ੍ਹੇ ਹੋਏ ਨੇ ਖਾਲੀ ਥਾਵਾਂ, ਤੁਸੀਂ ਉਹ ਅਸੀਂ ਉਹਨਾਂ ਲਈ ਉਹ ਕੀਤਾ, ਠੀਕ ਹੈ ਜੀ। ਮਤਲਬ ਉਹ ਜਿਹੜੀਆਂ ਪੰਜ ਕਿਤਾਬਾਂ ਨੇ ਉਹਦੇ 'ਚ ਇੱਕ ਕਿਤਾਬ ਜਿਹੜੀ ਸੌ ਦਰ ਤੋਂ ਸੌ ਘਰ ਤੱਕ ਜੀ, ਉਹ ਜਿਹੜੀ ਉਹ ਅਧਿਆਤਮਵਾਦੀ ਨਿਰੋਲ, ਉਹਦੇ 16 ਅਵਸਥਾ ਨੇ ਵੀ ਕਿਵੇਂ ਬੰਦਾ ਉੱਥੋਂ ਤੱਕ ਜਾ ਸਕਦਾ, ਬਾਣੀ ਕੀ ਕਹਿੰਦੀ, ਠੀਕ ਹੈ। ਇਸ ਤਰ੍ਹਾਂ ਉਹ ਪੰਜ ਕਿਤਾਬਾਂ ਨੇ, ਇਹਦੇ ਇੱਕ ਉਹਦੇ 'ਚ 100 ਸਵਾਲ ਅਤੇ 100 ਜਵਾਬ ਹੈ, ਜਿਹੜਾ ਮੈਂ ਇਹ ਦੂਖ ਨਿਵਾਰਨ ਸਾਹਿਬ ਦੇ ਕਾਲਜ ਦੇ ਵਿੱਚ ਪ੍ਰਸ਼ਨ ਉੱਤਰ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਭਾਈ ਮਣੀ ਸਿੰਘ ਜੀ ਤੱਕ ਟੋਟਲ ਕਵਰ ਕੀਤਾ ਹੋਇਆ, ਠੀਕ ਹੈ, ਪੂਰੇ ਪੂਰੇ ਸਵਾਲ ਜਵਾਬ, ਠੀਕ ਹੈ। ਇੱਕ ਉਹ ਹੈ, ਇਸ ਤਰ੍ਹਾਂ ਉਹ ਅਸੀਂ ਉਹਨਾਂ ਨੂੰ ਦੇ ਦੇਣੀਆਂ ਨੇ, ਠੀਕ ਹੈ, ਪਿੰਡਾਂ 'ਚ ਲੈ ਜਾਓ, ਫਿਰ ਜਿਹੜਾ ਵਿਦਿਆਰਥੀ ਲਿਜਾਏਗਾ ਉਹ ਸਾਡੇ ਰਿਕਾਰਡ 'ਚ ਆ ਜਾਣਾ, ਅਸੀਂ ਉਹਦਾ ਐਡਮਿਸ਼ਨ ਕਰ ਲੈਣਾ, ਠੀਕ ਹੈ। ਉਹਦੇ ਤੋਂ ਬਾਅਦ ਉੱਥੇ ਉਹਨੂੰ ਇੱਕ ਪ੍ਰੀਖਿਆ ਕਾਪੀ ਦਿੱਤੀ ਗਈ ਹੈ, ਅੱਛਾ, ਜਿਵੇਂ ਪੇਪਰ ਨਹੀਂ ਦੇਈਦੇ, ਹਾਂਜੀ ਹਾਂ ਬਿਲਕੁਲ, ਉਹਦੀ ਇੱਕ ਕਾਪੀ ਬਣਾ ਦਿੱਤੀ ਗਈ ਹੈ, ਠੀਕ ਹੈ। ਕਾਪੀ ਦੇ ਉੱਤੇ ਜਿਹੜਾ ਤੁਸੀਂ ਇੱਕ ਦਿਨ ਲੈਸਨ ਪੜ੍ਹਦੇ ਹੋ, ਪਾਠ ਪੜ੍ਹਦੇ ਹੋ, ਉਹਦੇ ਵਿੱਚੋਂ ਹੀ 4-5 ਪ੍ਰਸ਼ਨ ਦਿੱਤੇ ਹੋਏ ਨੇ, ਅੱਛਾ, ਵੀ ਇਹਨੂੰ ਤੁਸੀਂ ਹੁਣ ਉਹਦੇ 'ਤੇ ਲਿਖੋ, ਠੀਕ ਹੈ। ਉਹ ਸਾਲ ਬਾਅਦ ਅਸੀਂ ਕਾਪੀ ਵਾਪਸ ਲੈ ਕੇ ਚੈੱਕ ਕਰਨਾ ਵੀ ਬੰਦੇ ਨੇ ਪੜ੍ਹਿਆ ਗਿਆ ਅਤੇ ਘਰ ਹੀ ਰੱਖਿਆ, ਠੀਕ ਹੈ। ਇਸ ਤਰ੍ਹਾਂ ਉਹ 3 ਸਾਲ ਦਾ ਬਣਾਇਆ, ਅੱਛਾ, ਅਤੇ ਪਿੰਡਾਂ ਲਈ ਉਹ ਬੜਾ ਜਿਹੜਾ ਕਾਮਯਾਬ ਹੋਏਗਾ, ਠੀਕ ਹੈ। ਅਤੇ ਉਹਦੀ ਅਸੀਂ ਸਾਈਟ ਦੇ ਉੱਤੇ ਵੀ ਉਹਨੂੰ ਕਰ ਦੇਣਾ, ਵੈਬਸਾਈਟ ਵੀ ਬਣਾ ਦਿੱਤੀ, ਠੀਕ ਹੈ ਜੀ, ਉਹ ਵੀ ਅਸੀਂ ਦੱਸ ਦਿਆਂਗੇ ਜੇ ਉਹਦਾ ਪੂਰਾ ਕੰਮ ਨਹੀਂ ਹੋਇਆ, ਠੀਕ ਹੈ। ਤਾਂ ਉਹ ਜਿਵੇਂ ਬਾਹਰ ਬੈਠੇ ਤੁਸੀਂ ਇੱਥੇ ਸਿੰਘ ਹੋ ਜਾਂ ਵਿਦੇਸ਼ਾਂ ਵਿੱਚ ਜਿੱਥੇ ਤੁਸੀਂ ਜਾਂ ਕਿਤਾਬ ਨਹੀਂ ਲੈਣਾ ਚਾਹੁੰਦੇ, ਔਨਲਾਈਨ ਵੀ ਕਰ, ਔਨਲਾਈਨ ਕਰੋਗੇ ਪਰ ਕਰੋਗੇ ਉਹਨੂੰ ਰਜਿਸਟਰਡ ਹੋ ਕੇ ਉਹਦਾ ਐਡਮਿਸ਼ਨ ਲੈ ਕੇ, ਕਿਉਂਕਿ ਅਸੀਂ ਇਹ ਸੋਚਿਆ ਵੀ ਭਾਵੇਂ 200 ਬੰਦਾ ਹੀ ਕਰੇ, ਬਿਲਕੁਲ, ਪਰ ਅਸੀਂ ਖੁੱਲ੍ਹਾ ਨਹੀਂ ਕਰਨਾ, ਸਾਨੂੰ ਪਤਾ ਹੋਣਾ ਚਾਹੀਦਾ ਕਿੰਨੇ ਬੰਦੇ ਕਰ ਰਹੇ ਨੇ, ਬਿਲਕੁਲ, ਉਹ ਕਿੱਥੇ ਰਹਿੰਦੇ ਨੇ, ਟਰੈਕ ਤਾਂ ਚਾਹੀਦਾ, ਉਹਨਾਂ ਨੇ ਕਿੰਨਾ ਕੀਤਾ ਕਿੰਨਾ ਨਹੀਂ ਕੀਤਾ, ਹਾਂਜੀ, ਅਜੇ ਸ਼ੁਰੂ ਕੀਤਾ, ਮਾੜੇ ਜਿਵੇਂ ਅੱਗੋਂ ਹੁਣ ਕਰਨਗੇ ਸੰਗਤ ਦਾ ਸਹਿਯੋਗ ਮਿਲੇਗਾ, ਬਿਲਕੁਲ, ਅਤੇ ਉਸ ਹਿਸਾਬ ਨਾਲ, ਕਿਉਂਕਿ ਸਾਨੂੰ 3-4 ਬੰਦੇ ਵੀ ਹਾਇਰ ਕਰਨੇ ਪਏ, ਠੀਕ ਹੈ, ਇਹਦੇ ਵਾਸਤੇ ਉਹਨਾਂ ਦੀਆਂ ਤਨਖਾਹਾਂ ਵੀ ਨੇ, ਹਾਂਜੀ, ਅਤੇ ਮੋਟੇ ਪੱਧਰ 'ਤੇ ਸਾਡਾ ਜਿਵੇਂ ਉੱਥੇ ਮਾਇਆ ਦਾ ਵੀ ਖਰਚਾ ਆ ਰਿਹਾ ਸਾਰਾ, ਇੱਧਰੋਂ ਰਿਕਾਰਡਿੰਗ 'ਤੇ ਵੀ ਆ ਰਿਹਾ, ਹਾਂਜੀ, ਅਤੇ ਉਹ ਗੁਰਮੁਖ ਜੀਵਨ ਕੋਰਸ 'ਤੇ ਵੀ ਆ ਰਿਹਾ, ਬਿਲਕੁਲ, ਇਸ ਤਰ੍ਹਾਂ ਅਸੀਂ ਉਹ ਸ਼ੁਰੂ ਕੀਤਾ ਹੋਇਆ, ਠੀਕ ਹੈ ਜੀ, ਹਾਂਜੀ। ਭਾਈ ਸਾਹਿਬ ਜੀ ਤੁਸੀਂ ਆਏ ਸਾਡੇ ਸਟੂਡੀਓ ਦੇ ਵਿੱਚ, ਬਹੁਤ ਵਧੀਆ ਲੱਗਿਆ, ਤੁਹਾਡੇ ਨਾਲ ਘੰਟਿਆਂ ਵੱਧ ਗੱਲਾਂ ਹੋ ਸਕਦੀਆਂ ਜੀ, ਹਾਂ ਪਤਾ ਵੀ ਨਹੀਂ ਲੱਗਾ ਕਿੰਨਾ ਟਾਈਮ ਲੱਗ ਗਿਆ ਸਾਡੇ ਕੋਲ, ਜਿੰਨਾ ਕੁ ਟਾਈਮ ਸੀਗਾ ਅੱਜ ਦੇ ਸਲਾਟ 'ਚ, ਬਹੁਤ ਬਹੁਤ ਵਧੀਆ, ਆਪਣਾ ਸਟੂਡੀਓ ਜਦੋਂ ਮਰਜ਼ੀ, ਜਦੋਂ ਤੁਹਾਡੇ ਕੋਲ ਟਾਈਮ ਹੋਵੇ, ਨਹੀਂ ਅਸੀਂ ਇੱਥੇ ਜਲੰਧਰ ਸਾਡੇ ਕਿਸੇ ਥਾਂ ਵੀ ਟੋਰਾਂਟੋ ਜਿਹੜੇ ਮਰਜ਼ੀ ਸਟੂਡੀਓ, ਤੁਸੀਂ ਕਿਤੇ ਗਏ ਹੋਵੋ, ਅੱਛਾ ਜਲੰਧਰ ਵੀ ਸਾਡੇ ਸਟੂਡੀਓ 'ਚ ਆਇਓ ਅਤੇ ਸੰਗਤਾਂ ਨੂੰ ਵੱਧ ਤੋਂ ਵੱਧ ਸਮਾਂ ਦਿਓ, ਅਤੇ ਅੱਜ ਦੇ ਪ੍ਰੋਗਰਾਮ ਦੀ ਇੱਥੇ ਸਮਾਪਤੀ ਹੈ ਜੀ, ਅਗਲੇ ਹਫ਼ਤੇ ਇੱਕ ਵੱਖਰਾ ਪ੍ਰੋਗਰਾਮ ਲੈ ਕੇ ਆਵਾਂਗੇ, ਭਾਈ ਸਾਹਿਬ ਜੀ ਤੋਂ ਵੀ ਇਜਾਜ਼ਤ ਲੈਂਦੇ ਹਾਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।